ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਸਤਿਕਾਰਯੋਗ ਪ੍ਰਿੰਟ ਅਤੇ ਬਿਜਲਈ ਮੀਡੀਆ ਦੇ ਪੱਤਰਕਾਰ ਵੀਰਾਂ ਦਾ ਜੋ ਪ੍ਰੈਸ ਕਲੱਬ ਬਠਿੰਡਾ ਦੇ ਵਿੱਚ ਹਾਜ਼ਰ ਹੋਏ ਆ ਸਾਡੇ ਸੱਦੇ 'ਤੇ ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਧੰਨਵਾਦ ਕਰਦਾ। ਅੱਜ ਦਾ ਜਿਹੜਾ ਮੁੱਦਾ ਉਹ ਆਪ ਸਾਰਿਆਂ ਨੂੰ ਪਤਾ ਹੀ ਆ ਕਿ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਆ 2-3 ਦਿਨ ਬਾਕੀ ਰਹਿ ਗਏ ਆ। 1 ਜੂਨ ਨੂੰ ਪੰਜਾਬ ਦੇ ਵਿੱਚ 13 ਸੀਟਾਂ 'ਤੇ ਵੋਟਿੰਗ ਹੋਣੀ ਹੈ, ਜਿਹਦੇ ਵਿੱਚ ਬਠਿੰਡਾ ਦੀ ਸੀਟ ਜਿਹੜੀ ਆ ਉਹ ਬੜੀ ਅਹਿਮ ਆ। ਬਠਿੰਡਾ ਜਿਹੜਾ ਹੈ ਇੱਥੇ ਬਾਦਲ ਪਰਿਵਾਰ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਗਾ ਕੇ ਹਰ ਤਰ੍ਹਾਂ ਦਾ ਹੀਲਾ ਜਿਹੜਾ ਸਹੀ ਗਲਤ ਹੀਲਾ ਵਰਤ ਕੇ ਇੱਥੇ ਜਿਹੜਾ ਹੈਗਾ ਇਸ ਸੀਟ ਨੂੰ ਜਿੱਤਣ ਦਾ ਜਿਹੜਾ ਜ਼ੋਰ ਲਗਾਇਆ ਜਾ ਰਿਹਾ, ਸਾਰੀ ਤਾਕਤ ਇੱਥੇ ਝੋਕੀ ਹੋਈ ਹੈ, ਜਾਇਜ਼ ਨਜਾਇਜ਼ ਸਭ ਕੀਤਾ ਜਾ ਰਿਹਾ। ਪਰ ਮੈਂ ਸਿਰਫ ਇੱਕ ਸੱਦਾ ਲੈ ਕੇ ਇੱਥੇ ਆਇਆ ਜੋ ਕਿ ਬਠਿੰਡਾ ਵਾਸੀਆਂ ਨੂੰ ਖਾਸ ਕਰਕੇ ਪਹਿਲਾਂ ਤਾਂ ਕਿ ਬਾਦਲ ਪਰਿਵਾਰ ਹਰਾਓ, ਪੰਥ ਪੰਜਾਬ ਬਚਾਓ। ਜੋ ਬਾਦਲਾਂ ਦੇ ਰਾਜ ਵਿੱਚ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਉਹ ਸਾਰੀ ਦੁਨੀਆ ਨੂੰ ਪਤਾ ਅਤੇ ਖਾਸ ਕਰਕੇ ਬਠਿੰਡਾ ਵਾਸੀਆਂ ਨੂੰ ਤਾਂ ਬਿਲਕੁਲ ਹੀ ਪਤਾ ਕਿ ਬਾਦਲ ਪਰਿਵਾਰ ਨੇ ਜਿਸ ਤਰ੍ਹਾਂ ਪੰਥ ਅਤੇ ਪੰਜਾਬ ਦਾ ਘਾਣ ਕੀਤਾ, ਸਾਡੀਆਂ ਸ਼੍ਰੋਮਣੀ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਦੀ ਸਰਪ੍ਰਸਤੀ ਬਾਦਲ ਪਰਿਵਾਰ ਦੇ ਕੋਲ ਆਈ ਹੈ, ਸਾਡੀਆਂ ਇੰਨੀਆਂ ਸੰਸਥਾਵਾਂ ਦੋਨਾਂ ਦਾ ਇਹਨਾਂ ਨੇ ਘਾਣ ਕਰ ਦਿੱਤਾ। ਹੋਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਸੀ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਆਪਣਾ ਜੋ ਅਮਰ ਵੇਲ ਬਣ ਕੇ ਛਾਏ ਇਹਨਾਂ ਨੇ ਉਹਨਾਂ ਦਾ ਨੁਕਸਾਨ ਕੀਤਾ। 1997 ਦੇ ਵਿੱਚ ਪੰਥ ਅਤੇ ਪੰਜਾਬ ਨੇ ਸਾਰੀਆਂ ਧਿਰਾਂ ਨੇ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਂਦੀ ਸੀ, ਕਿਉਂਕਿ 1984 ਤੋਂ ਬਾਅਦ ਜਿਸ ਤਰ੍ਹਾਂ ਸਿੱਖਾਂ ਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ, ਕਤਲੇਆਮ ਕੀਤਾ ਗਿਆ, ਉਸ ਤੋਂ ਬਾਅਦ ਜਿਹਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਰਬੱਤ ਖਾਲਸਾ 1986 ਦੇ ਵੱਲੋਂ ਥਾਪੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਸ ਤਰ੍ਹਾਂ ਤਸੀਹੇ ਦੇ ਕੇ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੇ ਕਤਲ ਦੇ ਇਨਸਾਫ਼ ਵਾਸਤੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੀ ਸਰਕਾਰ ਬਣਾਓ, ਅਕਾਲੀ ਦਲ ਦੀ ਸਰਕਾਰ ਬਣਾਓ, ਅਸੀਂ ਇਨਸਾਫ਼ ਕਰਾਂਗੇ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਾਂਗੇ। ਪਰ ਸਰਕਾਰ ਤਾਂ ਪੰਥ ਅਤੇ ਪੰਜਾਬ ਨੇ ਬਣਾ ਦਿੱਤੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਦੀ ਕੁਰਸੀ 'ਤੇ ਬੈਠਿਆਂ ਜਿਸ ਤਰ੍ਹਾਂ ਪੰਥ ਅਤੇ ਪੰਜਾਬ ਨੂੰ ਪਿੱਠ ਦਿੱਤੀ, 5 ਵਾਰ ਦਾ ਚੀਫ ਮਿਨਿਸਟਰ ਬਣਿਆ ਪ੍ਰਕਾਸ਼ ਸਿੰਘ ਬਾਦਲ ਪੰਥ ਅਤੇ ਪੰਜਾਬ ਨਾਲ ਧਰੋਹ ਕਮਾਉਂਦਾ ਰਿਹਾ, ਸ਼੍ਰੋਮਣੀ ਸੰਸਥਾਵਾਂ ਨੂੰ ਜਿਸ ਤਰੀਕੇ ਦੇ ਨਾਲ ਉਸ ਨੇ ਨਿਘਾਰ ਦੀ ਹੱਦ ਤੱਕ ਲੈ ਗਿਆ ਉਹ ਤੁਹਾਡੇ ਸਾਹਮਣੇ ਆ। ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਜਿਹੜੀ ਬਠਿੰਡਾ ਤੋਂ ਆਈ ਵਾਰ ਬਠਿੰਡਾ ਵਾਸੀਆਂ ਨੇ ਜਿਤਾ ਕੇ ਭੇਜੀ ਕਿ ਜਾ ਕੇ ਪੰਥ ਅਤੇ ਪੰਜਾਬ ਦੀ ਗੱਲ ਕਰਨਗੇ, ਪਰ ਜਿੱਦਾਂ ਇਸ ਨੇ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨਾਂ ਦੀ ਮਦਦ ਕੀਤੀ, ਜਿਹੜੇ ਕਿਸਾਨਾਂ ਦੇ ਵੀ ਖਿਲਾਫ਼ ਸੀ 3 ਖੇਤੀ ਕਾਨੂੰਨ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਦੇ ਸੋਹਲੇ ਗਾਏ, ਸੁਖਬੀਰ ਸਿੰਘ ਬਾਦਲ ਨੇ ਵੀ ਸੋਹਲੇ ਗਾਏ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਸੋਹਲੇ ਗਾਏ। ਪਰ ਜਦੋਂ ਪੰਥ ਅਤੇ ਪੰਜਾਬ ਦੇ ਲੋਕਾਂ ਨੇ ਪੰਜਾਬ 'ਚ ਨਾ ਵੜਨ ਦਿੱਤਾ ਤਾਂ ਉਸ ਵੇਲੇ ਫਿਰ ਜਾ ਕੇ ਜਿਹੜਾ ਸੀ ਅਸਤੀਫਾ ਦੇਣ ਦਾ ਡਰਾਮਾ ਕੀਤਾ, ਪਰ ਅੰਦਰ ਖਾਤੇ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆ, ਤੁਹਾਨੂੰ ਸਭ ਨੂੰ ਪਤਾ। ਹੁਣ ਵੀ ਆਖਰੀ ਸਮੇਂ ਤੱਕ ਇਹਨਾਂ ਦਾ ਜਿਹੜਾ ਸੀ ਅਲਾਇੰਸ ਦੀਆਂ ਗੱਲਾਂ ਚੱਲਦੀਆਂ ਰਹੀਆਂ। ਮੈਂ ਸਿਰਫ ਬਠਿੰਡਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਬਾਦਲਾਂ ਦੇ ਰਾਜ ਦੇ ਅੰਦਰ ਪੰਜਾਬ ਦੇ ਅੰਦਰ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਔਰ ਬਰਗਾੜੀ ਬੇਅਦਬੀ ਕਾਂਡ ਵਾਪਰਿਆ, ਜਿਸ ਦੇ ਦੋਸ਼ੀਆਂ ਨੂੰ ਪੂਰੀ ਪੁਸ਼ਤ ਪੁਣਾਈ ਕੀਤੀ, ਉਹਨਾਂ ਨੂੰ ਛਤਰਛਾਇਆ ਦਿੱਤੀ, ਸੈਲਟਰ ਦਿੱਤਾ ਬਾਦਲ ਸਰਕਾਰ ਨੇ, ਸੌਦਾ ਸਾਹ ਅਤੇ ਉਹਦੇ ਪੈਰੋਕਾਰਾਂ ਨੂੰ ਜਿਹੜੇ ਸਿੱਧੇ ਤੌਰ 'ਤੇ ਬਰਗਾੜੀ ਬੇਅਦਬੀ ਕਾਂਡ ਦੇ ਵਾਸਤੇ ਦੋਸ਼ੀ ਸੀਗੇ, ਜਿਨ੍ਹਾਂ ਨੇ ਰਾਜ ਦੇ ਵਿੱਚ ਜਿਹੜਾ ਪੰਥ ਕੋਲੋਂ ਆਪਣੇ ਥਾਪੇ ਜਥੇਦਾਰਾਂ ਕੋਲੋਂ ਫਖਰੇ ਕੌਮ ਅਤੇ ਪੰਥ ਰਤਨ ਦੇ ਅਵਾਰਡ ਲਏ,
ਤੇ ਉਹਦੇ ਰਾਜ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿਨ ਦਿਹਾੜੇ ਚੋਰੀ ਹੋਣ ਤੇ ਉਹਨਾਂ ਦੇ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਜਾਣ ਤੇ ਦੋਸ਼ੀ ਫੜੇ ਨਾ ਜਾਣ ਤੇ ਦੋਸ਼ੀਆਂ ਦਾ ਪਤਾ ਜਿਹੜੀ DIG ਖੱਟੜਾ ਵਾਲੀ ਸਿੱਟ ਜਾਂ SPS ਪਰਮਾਰ ਵਾਲੀ, ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ, ਸਭ ਨੇ ਪਰਦਾ ਫਾਸ਼ ਕੀਤਾ ਉਹਦਾ, ਪਰ ਬਾਦਲਾਂ ਨੇ ਸੌਦਾ ਸਾਹਿਬ ਅਤੇ ਉਹਦੇ ਪੈਰੋਕਾਰਾਂ ਨੂੰ ਬਚਾਉਣ ਦਾ ਯਤਨ ਕੀਤਾ। ਉਹਨੇ ਗੁਰੂ ਸਾਹਿਬ ਦਾ ਸਵਾਂਗ ਰਚਿਆ ਸਲਾਵਤਪੁਰੇ ਦੀ ਧਰਤੀ 'ਤੇ ਸਰਸੇ, ਅਤੇ ਜਿਹਨੇ ਅਮਰ ਛਕਾਉਣ ਦੀ ਨਕਲ ਕੀਤੀ ਸਵਾਂਗ ਰਚਿਆ, ਜਿਸ ਨੇ ਪੰਜ ਪਿਆਰਿਆਂ ਦੀ ਨਕਲ ਅਤੇ ਆਪਣੇ ਜਿਹੜੇ ਸੱਤ ਸਤਾਰੇ ਅੰਮ੍ਰਿਤ ਦੀ ਨਕਲ ਅਤੇ ਰੂਹਾਨੀ ਜਾਮ ਜਾਮ ਇੰਸਾ ਇੱਦਾਂ ਦੇ ਜਿਹੜੇ ਸੀ ਉਹਨੇ ਪਖੰਡ ਕੀਤਾ, ਅਤੇ ਉਸਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਜਥੇਦਾਰਾਂ ਨੇ ਜਾਰੀ ਕੀਤਾ ਉਹਦੇ ਬਾਈਕਾਟ ਦਾ, ਉਹਦੇ ਨਾਲ ਧਾਰਮਿਕ, ਰਾਜਨੀਤਿਕ, ਸਮਾਜਿਕ, ਭਾਈਚਾਰਕ ਸਾਂਝ ਜਿਹੜੀ ਸੀ ਉਹ ਬੰਦ ਕੀਤੀ। ਪਰ ਸੌਦਾ ਸਾਹਿਬ ਦੀਆਂ ਵੋਟਾਂ ਲੈਣ ਲਈ ਬਾਦਲਾਂ ਨੇ ਉਹਨੂੰ ਸੈਲਟਰ ਦਿੱਤਾ, ਉਹਦੀਆਂ ਨਾਮ ਚਰਚਾਵਾਂ ਜਿਹੜੀਆਂ ਚੋਰ ਚਰਚਾਵਾਂ ਅਸੀਂ ਕਹਿੰਦੇ ਉਹ ਕਰਵਾਈਆਂ, ਅਤੇ ਬਾਅਦ ਵਿੱਚ ਉਹਦੇ 'ਤੇ ਦਰਜ ਹੋਇਆ ਸਿੱਖ ਭਾਵਨਾਵਾਂ ਭੜਕਾਉਣ ਦਾ ਕੇਸ ਵੀ ਬਠਿੰਡਾ ਥਾਣੇ ਦੇ ਵਿੱਚੋਂ ਵਾਪਸ ਲੈ ਲਿਆ, ਅਤੇ ਉਹਨੂੰ ਕੋਰਟ ਵਿੱਚ ਜੇ ਇੱਕ ਜੱਜ ਨੇ ਉਹਨੂੰ ਵਾਪਸ ਭੇਜ ਦਿੱਤਾ, ਰੱਦ ਕਰਨ ਤੋਂ ਮਨ੍ਹਾ ਕੀਤਾ, ਅਤੇ ਉਸ ਜੱਜ ਦੀ ਬਦਲੀ ਕਰਕੇ ਦੂਜਾ ਜੱਜ ਲਗਾ ਕੇ ਅਤੇ ਉਹਦੇ ਕੋਲੋਂ ਉਹ ਜਿਹੜਾ ਸੀਗਾ ਕੇਸ ਉਹ ਰੱਦ ਕਰਵਾਇਆ। ਫਿਰ ਸੌਦਾ ਸਾਹਿਬ ਦੇ ਖਿਲਾਫ਼ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਾਪਸ ਕਰਾਇਆ, ਉੱਥੋਂ ਮਾਫ਼ੀਨਾਮਾ ਦਵਾਇਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ, ਅਤੇ ਪੰਥ ਦੇ ਦਬਾਅ ਅੱਗੇ ਰੱਦ ਕਰਨਾ ਪਿਆ। ਸੋ ਬਾਦਲਾਂ ਦਾ ਜਿਹੜਾ ਕਹਿਰ ਗੁਜ਼ਰਿਆ ਪੰਥ 'ਤੇ ਪੰਜਾਬ 'ਤੇ, ਜਿਹੜਾ ਪੰਥ ਨਾਲ ਗਦਾਰੀਆਂ ਦੀ ਦਾਸਤਾਨ ਬੜੀ ਲੰਬੀ ਆ। ਜਦੋਂ ਮੇਰੇ ਵਰਗਾ ਸਿੱਖ ਸੌਦਾ ਸਾਧ ਵਰਗਿਆਂ ਦੇ ਖਿਲਾਫ਼, ਉਹਦੀਆਂ ਉਣਤਾਈਆਂ ਕੁਰੀਤੀਆਂ ਦੇ ਖਿਲਾਫ਼ ਸੰਗਤਾਂ ਨੂੰ ਜਾਗਰੂਕ ਕਰਦਾ ਸੀ, ਅਤੇ ਮੇਰੇ 'ਤੇ ਝੂਠੇ ਮੁਕੱਦਮੇ ਪਾਏ ਗਏ, ਜੇਲ੍ਹਾਂ 'ਚ ਡੱਕਿਆ ਗਿਆ, ਸਾਡੇ ਪ੍ਰਬੰਧ ਵਾਲੇ ਗੁਰਦੁਆਰਿਆਂ 'ਤੇ ਕਬਜ਼ੇ ਕੀਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ। ਪੰਜਾਬ ਦੀ ਕੋਈ ਜੇਲ੍ਹ ਹੋਊ 10 ਸਾਲਾਂ ਦੇ ਰਾਜ 'ਚ ਜਿਹੜੀ ਨਹੀਂ ਦਿਖਾਈ, ਚਾਹੇ ਉਹ ਬਠਿੰਡਾ ਦੀ ਜੇਲ੍ਹ, ਫਰੀਦਕੋਟ ਜੇਲ੍ਹ, ਫਿਰੋਜ਼ਪੁਰ ਜੇਲ੍ਹ, ਕਪੂਰਥਲਾ ਜੇਲ੍ਹ, ਗੁਰਦਾਸਪੁਰ ਜੇਲ੍ਹ, ਅਤੇ ਇਸੇ ਤਰ੍ਹਾਂ ਜਿਹੜੀਆਂ ਜੇਲ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਮੈਨੂੰ ਦਿਖਾਈਆਂ, ਝੂਠੇ ਮੁਕੱਦਮੇ ਦਰਜ ਕੀਤੇ ਜਿਹੜੇ ਮੈਂ ਅਦਾਲਤਾਂ 'ਚ ਕਾਨੂੰਨੀ ਲੜਾਈ ਲੜ ਕੇ ਜਿੱਤੇ ਅਤੇ ਬਾਇਜ਼ਤ ਬਰੀ ਹੋਇਆ। ਬਹੁਤ ਵੱਡਾ ਨੁਕਸਾਨ ਪੰਥ ਅਤੇ ਪੰਜਾਬ ਦੇ ਪ੍ਰਚਾਰ ਪ੍ਰਸਾਰ ਦਾ ਬਾਦਲਾਂ ਨੇ ਕੀਤਾ। ਪੰਜ ਪਿਆਰਿਆਂ 'ਤੇ ਵੀ ਤਸ਼ੱਦਦ ਜਿਹੜਾ ਹੋਇਆ, ਅੰਮ੍ਰਿਤ ਸੰਚਾਰਾਂ 'ਤੇ ਪਾਬੰਦੀਆਂ ਲੱਗੀਆਂ, ਚਾਹੇ ਉਹ ਬਾਜਾਖਾਨਾ ਕਾਂਡ ਆ, ਚਾਹੇ ਭੀਖੀ ਕਾਂਡ ਆ, ਚਾਹੇ ਹੋਰ ਬਹੁਤ ਸਾਰੀਆਂ ਥਾਵਾਂ, ਆਪ ਸਾਰਿਆਂ ਨੂੰ ਪਤਾ। ਮੈਂ ਅੱਜ ਸਿਰਫ ਬਠਿੰਡਾ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਅੱਜ ਤੁਹਾਡੇ ਕੋਲ ਮੌਕਾ ਆ ਕਿ ਇਸ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਸੰਸਥਾਵਾਂ ਦੀ ਸੱਤਾ ਤੋਂ ਪਾਸੇ ਕਰਨ ਦਾ ਸਮਾਂ ਆ। ਜੇ ਚਾਹੁੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਹੋਵੇ, ਸ਼੍ਰੋਮਣੀ ਕਮੇਟੀ ਸਰਵਾਈਵ ਹੋਵੇ, ਪੰਥ ਸਰਵਾਈਵ ਹੋਵੇ, ਖਾਲਸੇ ਕੇ ਬੋਲਬਾਲੇ ਹੋਣ, ਰਾਜ ਕਰੇਗਾ ਖਾਲਸਾ ਦੀ ਗੱਲ ਚੱਲੇ, ਤਾਂ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਤੋਂ ਹਰਾਉਣਾ ਬਹੁਤ ਜ਼ਰੂਰੀ ਆ। ਜਿਹੜਾ ਵੀ ਉਮੀਦਵਾਰ ਇਹਨੂੰ ਹਰਾ ਸਕਦਾ ਤੁਹਾਨੂੰ ਪਤਾ, ਉਸ ਨੂੰ ਆਪਣਾ ਸਮਰਥਨ ਦਿਓ, ਤਾਂ ਕਿ ਬੀਬਾ ਹਰਸਿਮਰਤ ਕੌਰ ਜਿਹੜੀ ਹੈ, ਬਾਦਲ ਪਰਿਵਾਰ ਜਿਹੜਾ ਇੱਥੋਂ ਬਠਿੰਡਾ ਤੋਂ ਹਾਰਨਾ ਬੜੀ ਜ਼ਰੂਰੀ ਆ। ਮੈਂ ਪਹਿਲਾਂ ਵੀ ਜਦੋਂ ਜਦੋਂ ਅਪੀਲ ਕੀਤੀ ਆ, ਬਠਿੰਡਾ ਵਾਸੀਆਂ ਨੇ ਅਪੀਲ ਮੰਨੀ, ਪਿਛਲੇ ਸਮੇਂ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਦੀ ਅਪੀਲ ਕੀਤੀ, ਅਤੇ ਬੜੇ ਵੱਡੇ ਮਾਰਜਨ ਦੇ ਨਾਲ ਮਨਪ੍ਰੀਤ ਬਾਦਲ, ਕਿਉਂਕਿ ਬਾਦਲ ਖੂਨ ਇੱਕੋ ਹੀ ਆ, ਇਹਨੂੰ ਹਰਾਇਆ। ਇੱਕੋ ਇਹਨਾਂ ਦੇ ਪਰਿਵਾਰ ਵਿੱਚ ਸਰਦਾਰ ਤੇਜਾ ਸਿੰਘ ਹੋਏ ਆ, ਜਾਂ ਅੱਜ ਇੱਕ ਜਿਹੜਾ ਸ਼ਰੀਫ ਸਿਆਸਤਦਾਨ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਇਸ ਪਰਿਵਾਰ ਦੇ ਵਿੱਚ ਹੈ, ਉਹਨਾਂ ਦਾ ਖਾਨਦਾਨ, ਜਿਨ੍ਹਾਂ ਦੇ ਵਿੱਚ ਕੋਈ ਰੱਬ ਦਾ ਡਰ ਆ, ਕੋਈ ਗੁਰੂ ਦਾ ਪਿਆਰ ਆ ਨਹੀਂ, ਅਤੇ ਬਾਕੀ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਪੰਥ ਅਤੇ ਕੌਮ ਦਾ ਨੁਕਸਾਨ ਕੀਤਾ, ਚਾਹੇ ਉਹ ਕਾਂਗਰਸ 'ਚ ਰਹਿ ਕੇ, ਚਾਹੇ ਅੱਜ ਉਹ ਭਾਜਪਾ 'ਚ ਚਲਿਆ ਗਿਆ ਮਨਪ੍ਰੀਤ ਸਿੰਘ ਬਾਦਲ, ਅਤੇ ਚਾਹੇ ਉਹ
ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਆ। ਅੱਜ ਮੈਂ ਬਠਿੰਡਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਪੰਥ ਪੰਜਾਬ ਬਚਾਓ, ਬਾਦਲ ਪਰਿਵਾਰ ਹਰਾਓ। ਜੇ ਤੁਸੀਂ ਇਹਨਾਂ ਨੂੰ ਹਰਾ ਦਿਓਗੇ ਤੇ ਇਹ ਘਰ ਬੈਠਣਗੇ ਤਾਂ ਸ਼੍ਰੋਮਣੀ ਸੰਸਥਾਵਾਂ ਸਾਡੀਆਂ ਸਰਵਾਈਵ ਹੋਣਗੀਆਂ। ਜਿੰਨੇ ਪੰਥ ਦਰਦੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਕੱਤਰ ਹੋਣਗੇ, ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਜਥੇਦਾਰਾਂ ਨੂੰ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਦੀ ਦੁਰਵਰਤੋਂ ਕੀਤੀ, ਜਥੇਦਾਰਾਂ ਤੋਂ ਮਾਫ਼ੀਨਾਮੇ ਜਾਰੀ ਕਰਵਾਏ, ਮਨ ਚਾਹੁੰਦੇ ਜਿਹੜੇ ਮਨ ਭਾਉਂਦੇ ਫੈਸਲੇ ਇਹਨਾਂ ਨੇ ਕਰਵਾਏ ਆ, ਇਹ ਸਾਰਾ ਪੰਥ ਦਾ ਵੱਡਾ ਦੁਖਾਂਤ ਆ। ਅਕਾਲ ਤਖ਼ਤ ਦੇ ਹੁਕਮਨਾਮੇ 'ਤੇ ਪਹਿਰਾ ਦਿੰਦਿਆਂ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ, ਨੂਰ ਮੇਲੀਏ ਦੇ ਖਿਲਾਫ ਦਰਸ਼ਨ ਸਿੰਘ ਲੁਹਾਰਾ ਲੁਧਿਆਣੇ 'ਚ ਸ਼ਹੀਦ ਹੋਇਆ, ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਦੇ ਸੰਘਰਸ਼ ਵਿੱਚ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕਰ ਦਿੱਤਾ। ਇਹ ਸਾਰੇ ਸ਼ਹੀਦ ਆ, ਚਾਹੇ ਉਹ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਬਿੱਟੂ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਮੰਗਦੇ ਸ਼ਹੀਦ ਕਰਤੇ, ਸਾਡੇ 'ਤੇ ਗੋਲੀਆਂ ਲਾਠੀਆਂ ਗੰਦੇ ਪਾਣੀ ਦੀਆਂ ਵਿਛਾੜਾਂ ਨਾਲ ਹਮਲਾ ਕੋਟਕਪੂਰਾ ਚੌਂਕ 'ਚ ਕੀਤਾ, ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਵੇਰ ਵੇਲੇ ਨਿਤਨੇਮ ਕਰਦਿਆਂ। ਸੋ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਜਿਹੜਾ ਇਹਨਾਂ ਨੇ ਪੰਥ ਅਤੇ ਪੰਜਾਬ ਨਾਲ ਧਰੋਹ ਕਮਾਇਆ, ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਨੂੰ ਇੱਕ ਵਾਰ ਪਾਸੇ ਕਰ ਦਿਓ, ਆਖਰੀ ਮੌਕਾ ਤੁਹਾਡੇ ਹੱਥ 'ਚ ਆ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ 5 ਵਾਰ ਦਾ ਚੀਫ ਮਿਨਿਸਟਰ ਸੀ, ਆਖਰੀ ਸਮੇਂ ਤੁਸੀਂ ਲੰਬੀ ਹਲਕੇ ਤੋਂ ਹਰਾ ਕੇ ਉਹਨੂੰ ਤੋਰਿਆ, ਇਸੇ ਤਰ੍ਹਾਂ ਬਾਦਲ ਪਰਿਵਾਰ ਨੂੰ ਅੱਜ ਬਠਿੰਡੇ ਤੋਂ ਹਰਾ ਕੇ ਤੁਸੀਂ ਜਿਹੜਾ ਘਰ ਤੱਕ ਸੀਮਤ ਕਰ ਦਿਓ, ਤਾਂ ਕਿ ਪੰਥ ਅਤੇ ਪੰਜਾਬ ਦਾ ਭਲਾ ਹੋ ਸਕੇ ਅਤੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ, ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹ ਆਜ਼ਾਦ ਹੋ ਸਕੇ ਇਹਨਾਂ ਦੀ ਗੰਦੀ ਸਿਆਸਤ ਤੋਂ। ਇਹ ਪੰਥ ਦੇ ਉੱਤੋਂ ਅਮਰ ਵੇਲ ਜਿਹੜੀ ਆ ਇਹ ਲਹਿ ਜਾਵੇ। ਜਿਸ ਅਮਰ ਵੇਲ ਨੇ ਪੰਥ ਦੇ ਦਰਖਤ ਦਾ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ, ਇਹਨਾਂ ਦੇ ਗਦਾਰੀਆਂ ਦੀ ਦਾਸਤਾਨ ਬੜੀ ਲੰਬੀ ਆ। ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਫਰੀਦਕੋਟ ਦੀਆਂ ਸੰਗਤਾਂ ਨੂੰ ਕਿ ਉੱਥੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਖੜ੍ਹੇ ਆ, ਉਹਨਾਂ ਦੀ ਹਮਾਇਤ ਕੀਤੀ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਲਈ ਪ੍ਰੇਰਦਾ ਸੀ, ਪੰਜਾਬ ਦੀ ਸਰਕਾਰ ਨੇ ਉਹਨੂੰ ਫੜ ਕੇ NSA ਲਾ ਕੇ ਡਿਬਰੂਗੜ੍ਹ ਜੇਲ੍ਹ 'ਚ ਸਾਥੀਆਂ ਸਮੇਤ ਬੰਦ ਕਰ ਦਿੱਤਾ, ਜਿਹੜੀ ਕਿ ਬੜੀ ਬੇਇਨਸਾਫੀ ਅਤੇ ਧੱਕੇਸ਼ਾਹੀ ਆ। ਅੱਜ ਉਹ ਕੈਂਡੀਡੇਟ ਆ ਖਡੂਰ ਸਾਹਿਬ ਤੋਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਖਡੂਰ ਸਾਹਿਬ ਅਤੇ ਫਰੀਦਕੋਟ ਕੋਈ ਵੀ ਐਸਾ ਸਿੱਖ ਅਤੇ ਐਸਾ ਇਨਸਾਫ ਪਸੰਦ ਗੈਰ ਸਿੱਖ ਵੀ ਨਾ ਰਹੇ ਜਿਹੜਾ ਇਹਨਾਂ ਯੋਧਿਆਂ ਨੂੰ ਜਿਹੜਾ ਹੈਗਾ ਵੋਟ ਨਾ ਪਾਵੇ, ਕਿਉਂਕਿ ਇਹਨਾਂ ਨੂੰ ਪਾਰਲੀਮੈਂਟ 'ਚ ਭੇਜਣਾ ਸਾਡਾ ਮੁੱਢਲਾ ਫਰਜ਼ ਬਣਦਾ। ਉਸ ਪਾਰਲੀਮੈਂਟ ਦੇ ਅੰਦਰ ਜਿੱਥੇ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਨ ਵਾਲੀ ਇੰਦਰਾ ਗਾਂਧੀ, ਅਤੇ ਜਿਹੜਾ ਸਿੱਖਾਂ ਨੂੰ ਕਹਿੰਦਾ ਸੀਗਾ ਕਿ ਜਦ ਬੜਾ ਪੇੜ ਗਿਰਦਾ ਤਾਂ ਧਰਤੀ ਹਿਲਦੀ ਹੈ, ਖੂਨ ਕਾ ਬਦਲਾ ਖੂਨ, ਰਾਜੀਵ ਗਾਂਧੀ ਦਾ ਪੁੱਤ ਬੈਠਾ ਹੋਊਗਾ। ਦੂਜੇ ਪਾਸੇ ਸਾਡੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਭਾਈ ਸਰਬਜੀਤ ਸਿੰਘ ਬੈਠਾ ਹੋਊਗਾ, ਅਤੇ ਫਿਰ ਉੱਥੇ ਦੇਸ਼ ਦੀ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਪੰਥ ਅਤੇ ਪੰਜਾਬ ਦੀ ਗੱਲ ਹੋਊਗੀ, ਔਰ ਪੰਥ ਅਤੇ ਪੰਜਾਬ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਊਗਾ ਕਿ ਜਿਨ੍ਹਾਂ ਨੇ ਪੰਥ ਪੰਜਾਬ ਲਈ ਕੁਰਬਾਨੀ ਕੀਤੀ, ਸਰਦਾਰ ਬੇਅੰਤ ਸਿੰਘ, ਸਰਦਾਰ ਕੇਰ ਸਿੰਘ, ਸਰਦਾਰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ, ਇਹੋ ਜਿਹੇ ਯੋਧਿਆਂ ਦੇ ਮੈਂ ਸਮਝਦਾ ਕਿ ਪਰਿਵਾਰਾਂ ਦਾ ਮਾਣ ਸਤਿਕਾਰ ਜਿੰਨਾ ਕੀਤਾ ਜਾਵੇ ਉਹ ਘੱਟ ਆ, ਅਤੇ ਇਹਨਾਂ ਦੋ ਹਲਕਿਆਂ ਦੇ ਉੱਤੇ ਜਿਹੜਾ ਹੈਗਾ ਉਹ ਮਦਦ ਕੀਤੀ ਜਾਵੇ ਇਹਨਾਂ ਦੀ ਹਰ ਇੱਕ ਸਿੱਖ। 29 ਤਰੀਕ ਨੂੰ ਬਹੁਤ ਵੱਡਾ ਮਾਰਚ ਦੀਨਾ ਕਾਂਗੜ ਤੋਂ ਫਰੀਦਕੋਟ ਤੱਕ ਹੋ ਰਿਹਾ, ਜਿੰਨੀਆਂ ਵੱਧ ਤੋਂ ਵੱਧ ਸੰਗਤਾਂ ਵਿੱਚ ਸ਼ਾਮਲ ਹੋ ਸਕਦੀਆਂ ਹੋਣ। ਅਤੇ ਮੈਂ ਫਰੀਦਕੋਟ ਵਾਸੀਆਂ, ਖਡੂਰ ਸਾਹਿਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ, ਵੋਟਾਂ ਤੁਹਾਡੀਆਂ ਨੇ, ਤੁਸੀਂ ਪਾਉਣੀਆਂ ਨੇ, ਅਸੀਂ ਸਿਰਫ ਅਪੀਲ ਕਰ ਸਕਦੇ ਹਾਂ ਕਿ ਇਹਨਾਂ ਯੋਧਿਆਂ ਨੂੰ ਜਿਹੜੀ ਆ ਦੋਨਾਂ ਸੀਟਾਂ ਦੇ ਉੱਤੇ ਵੋਟ ਪਾਈ ਜਾਵੇ, ਔਰ ਬਠਿੰਡਾ ਦੇ ਵਿੱਚ ਜਿਹੜਾ ਵੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰਾਉਂਦਾ ਉਹਨੂੰ ਵੋਟ, ਕਿਉਂਕਿ ਅਸੀਂ
ਇੱਥੇ ਆਪਣਾ ਕੋਈ ਪੰਥਕ ਉਮੀਦਵਾਰ ਨਹੀਂ ਦੇ ਸਕੇ ਬਠਿੰਡਾ ਦੇ ਵਿੱਚ। ਅਤੇ ਇਸ ਕਾਰਨ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਉਮੀਦਵਾਰ ਇਹਨੂੰ ਹਰਾ ਸਕਦਾ ਵਾ ਉਸ ਨੂੰ ਆਪਣਾ ਸਮਰਥਨ ਦਿੱਤਾ ਜਾਵੇ ਤਾਂ ਕਿ ਬਾਦਲ ਪਰਿਵਾਰ ਜਿਹੜਾ ਹਾਰ ਜਾਵੇ, ਪੰਥ ਅਤੇ ਪੰਜਾਬ ਜਿਹੜਾ ਉਹ ਬਚ ਜਾਵੇ। ਇਹ ਮੇਰੀ ਪੰਥ ਅਤੇ ਪੰਜਾਬ ਨੂੰ ਅਪੀਲ ਆ ਖਾਸ ਕਰਕੇ, ਔਰ ਬਠਿੰਡਾ ਵਾਸੀਆਂ ਨੂੰ ਖਾਸ ਕਰਕੇ ਅਪੀਲ ਆ ਕਿ ਬਠਿੰਡੇ ਦੀਆਂ ਸੰਗਤਾਂ ਜਿਨ੍ਹਾਂ ਦਾ ਮੇਰੇ ਨਾਲ ਬਹੁਤ ਪਿਆਰ ਅਤੇ ਸਤਿਕਾਰ ਆ, ਅਤੇ ਮੈਂ ਅਕਸਰ ਜਿਨ੍ਹਾਂ ਕੋਲ ਵਿਚਰਿਆਂ ਧਾਰਮਿਕ ਦੀਵਾਨ ਸਜਾਏ ਅੰਮ੍ਰਿਤ ਸੰਚਾਰ ਕੀਤੇ ਆ, ਬਠਿੰਡਾ ਵਾਸੀਆਂ ਨੂੰ ਪਤਾ ਹੈ ਕਿ ਮੈਨੂੰ ਕੱਪੜਿਆਂ ਵਾਲਾ ਅਟੈਚੀ ਵੀ ਗੱਡੀ 'ਚ ਰੱਖਣਾ ਪੈਂਦਾ ਸੀ। ਬਾਦਲਾਂ ਦੇ ਰਾਜ ਵਿੱਚ ਪਤਾ ਨਹੀਂ ਸੀ ਹੁੰਦਾ ਕਿੱਥੇ ਰਾਹ 'ਚ ਰੋਕ ਕੇ ਅਤੇ ਮੈਨੂੰ ਇਹ ਡਿਟੇਨ ਕਰਕੇ ਜੇਲ੍ਹ ਭੇਜ ਦਿੰਦੇ ਸੀ, ਪਹਿਲਾਂ 751 ਅਤੇ ਫਿਰ ਹੋਰ ਧਰਾਵਾਂ ਜਿਵੇਂ ਅਨਲਾਫੁਲ ਐਕਟੀਵਿਟੀ, ਦੇਸ਼ ਧਰੋਹ ਵਰਗੀਆਂ ਧਰਾਵਾਂ ਲਾ ਕੇ ਵੀ ਸਾਨੂੰ ਮਹੀਨਿਆਂ ਬੱਧੀ ਜੇਲ੍ਹਾਂ ਦੇ ਵਿੱਚ ਰੱਖਿਆ। ਚਾਹੇ ਉਹ ਹੁਸ਼ਿਆਰਪੁਰ ਦੀ ਜੇਲ੍ਹ ਸੀ ਸਰਬੱਤ ਖਾਲਸਾ ਤੋਂ ਬਾਅਦ, ਅਤੇ ਚਾਹੇ ਹਰਿਆਣਾ ਕਮੇਟੀ ਬਣਨ ਤੋਂ ਬਾਅਦ ਫਰੀਦਕੋਟ ਦੀ ਜੇਲ੍ਹ ਸੀ। ਜੇ ਮਾਣਯੋਗ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਤਾਂ ਫਿਰ ਦੁਬਾਰਾ ਜੇਲ੍ਹ ਦੀ ਡਿਊਟੀ ਤੋਂ ਗ੍ਰਿਫਤਾਰ ਕਰਕੇ 751 ਕਰਕੇ ਫਿਰ ਮੈਨੂੰ ਫਰੀਦਕੋਟ ਬੰਦ ਕਰ ਦਿੱਤਾ। ਇਸ ਤਰ੍ਹਾਂ ਵੱਖ ਵੱਖ ਥਾਵਾਂ 'ਤੇ ਆ, ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਕਾਸ਼ੀ ਤਲਵੰਡੀ ਸਾਬੋ ਜਿੱਥੇ ਲੱਖਾਂ ਸੰਗਤਾਂ ਵਿਸਾਖੀ ਦਾ ਜੋੜ ਮੇਲਾ ਮਨਾਉਣ ਆਉਂਦੀਆਂ, ਇੱਥੇ ਗੁਰੂ ਕੇ ਲੰਗਰ ਅਤੇ ਧਾਰਮਿਕ ਦੀਵਾਨਾਂ ਦੀ ਸੇਵਾ ਹੁੰਦੀ ਸੀ, ਤਾਂ ਇੱਥੇ ਧਾਰਮਿਕ ਦੀਵਾਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਤੋਂ ਵੀ ਰੋਕ ਕੇ ਬਾਦਲਾਂ ਦੇ ਇਸ਼ਾਰੇ 'ਤੇ ਮੈਨੂੰ ਗ੍ਰਿਫਤਾਰ ਕਰਕੇ ਬਠਿੰਡਾ ਜੇਲ੍ਹ 'ਚ ਸਾਥੀਆਂ ਸਮੇਤ ਬੰਦ ਕਰ ਦਿੰਦੇ ਰਹੇ ਆ। ਸੋ ਇਸ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਜਿੰਨਾ ਪੰਥ ਅਤੇ ਪੰਜਾਬ ਦਾ ਨੁਕਸਾਨ ਪੰਥਕ ਸੰਸਥਾਵਾਂ ਦਾ ਬਾਦਲ ਪਰਿਵਾਰ ਨੇ ਕੀਤਾ ਵਾ, ਇਹਦੋਂ ਵੱਧ ਸ਼ਾਇਦ ਹੀ ਕੋਈ ਕਰ ਸਕੇ। ਸੋ ਇਸ ਕਰਕੇ ਜੇ ਚਾਹੁੰਦੇ ਹੋ ਕਿ ਪੰਥ ਅਤੇ ਪੰਜਾਬ ਦਾ ਭਲਾ ਹੋਵੇ ਤਾਂ ਬਾਦਲ ਪਰਿਵਾਰ ਹਰਾਓ, ਪੰਥ ਅਤੇ ਪੰਜਾਬ ਬਚਾਓ। ਇਹ ਮੇਰੀ ਜਿਹੜੀ ਅਪੀਲ ਆ ਖਾਸ ਕਰਕੇ ਬਠਿੰਡਾ ਵਾਸੀਆਂ ਨੂੰ ਆ, ਅਤੇ ਮੈਨੂੰ ਪੂਰੀ ਆਸ ਆ ਕਿ ਜਿਵੇਂ ਮੇਰੀਆਂ ਪਹਿਲੀਆਂ ਅਪੀਲਾਂ ਦੇ ਉੱਤੇ ਵੀ ਬਠਿੰਡਾ ਵਾਸੀਆਂ ਨੇ ਜਿਹੜਾ ਫੁੱਲ ਚੜ੍ਹਾਏ ਆ, ਅੱਜ ਵੀ ਮੈਂ ਗਲ 'ਚ ਪੱਲੂ ਪਾ ਕੇ ਅਪੀਲ ਕਰਦਾ ਬਠਿੰਡਾ ਵਾਸੀਆਂ ਨੂੰ ਕਿ ਇਸ ਅਪੀਲ ਨੂੰ ਬਾਦਲ ਪਰਿਵਾਰ ਦੇ ਡੁੱਬਦੀ ਬੇੜੀ ਦੇ ਵਿੱਚ ਆਖਰੀ ਵੱਟੇ ਜਿਹੜੇ ਤੁਸੀਂ ਪਾ ਸਕਦੇ ਹੋ ਪਾ ਦਿਓ। ਇਹ ਮੇਰੀ ਹੱਥ ਬੰਨ ਕੇ ਅਪੀਲ ਆ, ਵੋਟਾਂ ਤੁਹਾਡੀਆਂ ਪਾਉਣੀਆਂ ਤੁਸੀਂ ਆ, ਅਤੇ ਇਸ ਕਰਕੇ ਸਾਡੀ ਅਪੀਲ ਨੂੰ ਪ੍ਰਵਾਨ ਕਰਨਾ। ਜਿਹੜਾ ਵੀ ਕੈਂਡੀਡੇਟ ਬਾਦਲ ਪਰਿਵਾਰ ਨੂੰ ਹਰਾ ਸਕਦਾ ਉਹਨੂੰ ਆਪਣਾ ਪੂਰਾ ਸਮਰਥਨ ਦੇ ਦਿਓ, ਕਿਉਂਕਿ ਇੱਕ ਵਾਰੀ ਬਾਦਲਾਂ ਨੂੰ ਪੰਥ ਦੇ ਪੇੜ 'ਚੋਂ ਬਾਹਰ ਕਰ ਦਾਂਗੇ ਤਾਂ ਫਿਰ ਪੰਥ ਦਾ ਬੂਟਾ ਜਿਹੜਾ ਹੈਗਾ ਉਹ ਫਿਰ ਹਰਿਆ ਭਰਿਆ ਹੋ ਸਕਦਾ। ਰਾਮ ਰਹੀਮ ਦੀ ਗੱਲ ਕੀਤੀ ਆ, ਤੁਸੀਂ ਵੀ ਬੀਜੇਪੀ ਦੇ ਹੱਕ 'ਚ ਤੁਹਾਨੂੰ ਵੀਡੀਓ ਆਉਣੀ ਆ, ਤਾਂ ਹਰਿਆਣੇ ਦੇ ਵਿੱਚ ਉਹ ਬੀਜੇਪੀ ਦਾ ਸਾਥ ਦੇ ਰਹੇ? ਇਹ ਬਿਲਕੁਲ ਜਿਹੜੀ ਗਲਤ ਗੱਲ ਆ ਕਿ ਮੈਂ ਕਦੇ ਕਿਸੇ ਪਾਰਟੀ ਦਾ ਸਾਥ ਦਿੱਤਾ। ਮੈਂ ਚੰਗੇ ਕੰਮਾਂ ਦੀ ਸ਼ਲਾਘਾ ਕਰਦਾ, ਮਾੜੇ ਕੰਮਾਂ ਦਾ ਵਿਰੋਧ ਕਰਦਾ। ਜਿਸ ਦਿਨ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਸੀ, ਮੈਂ ਐਗਜ਼ੈਕਟਿਵ ਦੇ ਵਿੱਚ ਮਤਾ ਪਾਸ ਕਰਕੇ ਬਕਾਇਦਾ ਹਰਿਆਣਾ ਕਮੇਟੀ ਦਾ ਮੁੱਖ ਸੇਵਾਦਾਰ ਸੀ ਉਦੋਂ, ਤਾਂ ਮੁੱਖ ਮੰਤਰੀ ਹਰਿਆਣਾ ਨੂੰ ਜਾ ਕੇ ਮੰਗ ਪੱਤਰ ਦਿੱਤਾ ਸੀ ਕਿ ਮੈਂ ਇਹਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ, ਵਿਰੋਧ ਕਰਦਾ। ਚਾਹੇ ਉਹ ਰਾਮ ਰਹੀਮ ਹੋਵੇ, ਚਾਹੇ ਕੋਈ ਹੋਰ ਹੋਵੇ, ਜਿਹੜੀ ਵੀ ਕੋਈ ਪਾਰਟੀ ਇਹੋ ਜਿਹੇ ਬੰਦਿਆਂ ਦਾ ਜਿਹੜਾ ਸਾਥ ਦਿੰਦੀ ਹੈ ਅਸੀਂ ਉਹਦੇ ਬਿਲਕੁਲ ਖਿਲਾਫ਼ ਹਾਂ। ਚਾਹੇ ਕੋਈ ਪਾਰਟੀ ਹੋਵੇ, ਅਸੀਂ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਹਾਂ। ਚੰਗੇ ਕੰਮ ਕੋਈ ਕਿਸੇ ਪਾਰਟੀ 'ਚ ਬੈਠਾ ਲੀਡਰ ਕਰੇ ਜਾਂ ਕੋਈ ਪਾਰਟੀ ਕਰੇ, ਚੰਗੇ ਕੰਮਾਂ ਦੀ ਸ਼ਲਾਘਾ ਵਾ। ਜੇ ਕੋਈ ਸੌਦਾ ਸਾਧ ਵਰਗੇ ਜਿਹੜੇ ਹਾਰਡ ਕ੍ਰਿਮੀਨਲ ਆਦਮੀ ਆ, ਜਿਹਨੇ ਆਪਣੇ ਪੈਰੋਕਾਰਾਂ ਨਾਲ ਕੁਕਰਮ ਕੀਤੇ, ਕਤਲ ਕੀਤੇ ਆ, ਜਿਹੜਾ ਕਾਤਲ ਅਤੇ ਕੁਕਰਮੀ ਜਿਹਦੇ 'ਤੇ ਉਮਰ ਕੈਦਾਂ ਔਰ ਜਿਹਦੇ 'ਤੇ ਕੇਸ ਅਜੇ ਪੈਂਡਿੰਗ ਪਏ ਆ, ਜਿਹੜਾ ਵੀ ਕੋਈ ਉਹਨੂੰ ਰਿਲੀਫ ਦਿੰਦਾ ਅਤੇ ਅਸੀਂ ਸਖ਼ਤ ਖਿਲਾਫ਼ ਹਾਂ। ਉਹਦੀ ਪੈਰੋਲ ਦੇ ਵੀ ਖਿਲਾਫ਼, ਉਹਦੇ ਖਿਲਾਫ਼ ਲੜਾਈ ਵੀ ਲੜੀ ਆ, ਉਹਦੇ ਖਿਲਾਫ਼ 20 ਸਾਲ 1997 ਤੋਂ ਲੈ ਕੇ 2017 ਤੱਕ 20 ਸਾਲ ਲੜਾਈ ਲੜੀ, ਬਥੇਰੇ ਧਰਨੇ ਮੁਜ਼ਾਹਰੇ ਔਰ ਬਥੇਰੀਆਂ ਜੇਲ੍ਹਾਂ 'ਤੇ ਮੁਕੱਦਮੇ ਝੱਲੇ, 20 ਸਾਲ ਲੜਾਈ ਲੜੀ ਅਤੇ ਪਹਿਲੀ ਵਾਰ ਉਹਨੂੰ CBI ਦੇ ਜੱਜ ਨੇ 20 ਸਾਲ ਕੈਦ ਕੀਤੀ ਸੀ, 10 ਸਾਲ ਇੱਕ ਰੇਪ 'ਚ ਅਤੇ 10 ਸਾਲ ਦੂਜੇ ਰੇਪ 'ਚ। ਉਦੋਂ ਬਾਅਦ 'ਚ ਉਹਨੂੰ ਆਪਣੇ ਰਣਜੀਤ ਸਿੰਘ ਖਾਨਪੁਰ ਕੋਲੀਆ ਕੇਸ ਦੇ ਅੰਦਰ ਜਿਹੜਾ ਮੈਨੇਜਰ ਸੀ ਉਹਦੇ 'ਚ ਉਮਰ ਕੈਦ ਹੋਈ,
ਫਿਰ ਜਿਹੜਾ ਪੱਤਰਕਾਰ ਸੀਗਾ ਰਾਮ ਚੰਦਰ ਛਤਰਪਤੀ ਉਹਦੇ ਕੇਸ ਦੇ ਵਿੱਚ ਵੀ ਉਹਨੂੰ ਉਮਰ ਕੈਦ ਹੋਈ ਅਤੇ ਹੁਣ ਬਰਗਾੜੀ ਵਾਲਾ ਕੇਸ ਅਜੇ ਪੈਂਡਿੰਗ ਆ ਅਤੇ ਆਪਣੇ ਜਿਹੜੇ ਪੈਰੋਕਾਰ ਉਹਨੇ ਨਪੁੰਸਕ ਬਣਾਏ ਸੀ ਉਹ ਹੰਸਰਾਜ ਚੌਹਾਨ ਦੇ ਵੱਲੋਂ ਕੀਤਾ ਕੇਸ ਅਜੇ ਤੱਕ ਉਹਦੇ 'ਤੇ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਹੋਰ ਬਹੁਤ ਸਾਰੇ ਕੇਸ ਜਿਹੜੇ ਉਹਦੇ 'ਤੇ ਪੈਂਡਿੰਗ ਪਏ ਆ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕਿ ਅਜੇ ਫੈਸਲਾ ਆਉਣਾ ਬਾਕੀ ਆ ਅਤੇ ਇਹੋ ਜਿਹਾ ਹਾਰਡ ਕ੍ਰਿਮੀਨਲ ਜਿਹੜਾ ਆਦਮੀ ਆ ਉਹਨੂੰ ਪੈਰੋਲ ਬਿਲਕੁਲ ਨਹੀਂ ਦੇਣੀ ਚਾਹੀਦੀ ਚਾਹੇ ਕੋਈ ਸਰਕਾਰ ਆ ਕੋਈ ਪਾਰਟੀ ਉਹਦਾ ਅਸੀਂ ਵਿਰੋਧ ਕਰਦੇ ਹਾਂ ਬੀਜੇਪੀ ਦੇ ਵਿਰੁੱਧ ਬੋਲ ਰਹੇ ਹੋ ਮੈਂ ਬਿਲਕੁਲ ਕਹਿ ਰਿਹਾ ਚਾਹੇ ਆਪਦੇ ਵੀ ਤਾਂ ਮੈਂ ਬੋਲਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ NSA ਲਾ ਕੇ ਭੇਜਿਆ ਹੋਇਆ ਵਾ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਗੱਲ ਬਹੁਤ ਸਾਰੇ ਜਿੱਦਾਂ ਇੱਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡੀਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤ ਮਹਿੰਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਆ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਹੈ ਗੱਲ ਵਿਅਕਤੀ ਦੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜ਼ਾਹਰੇ ਕਰ ਰਹੇ ਸੀਗੇ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਵਟੋਆ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਪਾਸੇ ਹੀ ਸ਼ਹੀਦਾਂ ਦੀ ਗੱਲ ਕਰਦੇ ਹਾਂ ਭਾਈ ਸਰਬਜੀਤ ਸਿੰਘ ਖੜ੍ਹਾ ਫਰੀਦਕੋਟ ਤੋਂ ਅਤੇ ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਖਿਲਾਫ਼ ਕੈਂਡੀਡੇਟ ਦੇ ਰਹੇ ਆ ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ ਫਰੀਦਕੋਟ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਉਹ ਹੈ ਸਰਬਜੀਤ ਸਿੰਘ ਅਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਅਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਅਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲਬਾਤ ਜਿਹੜੇ ਕੌਮ ਲਈ ਲੜੇ ਪੰਥ ਲਈ ਲੜੇ ਜਿਨ੍ਹਾਂ ਸ਼ਹਾਦਤਾਂ ਲਈਆਂ ਜਿਨ੍ਹਾਂ ਫਾਂਸੀਆਂ ਦੇ ਰੱਸੇ ਚੁੰਮੇ ਗੋਲੀਆਂ ਹਿੱਕ ਦੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁੜ ਪੰਥ ਦੇ ਸਿਰ 'ਤੇ ਰੱਖੀ ਤੋਪਾਂ ਦੇ ਟੈਂਕਾਂ ਨਾਲ ਅਕਾਲ ਤਖ਼ਤ 'ਤੇ ਹਮਲਾ ਕਰਕੇ ਅਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰਬ ਮਨਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿਨਿਸਟਰ ਨੂੰ ਸਜ਼ਾ ਦਿੱਤੀ ਅਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ ਸਾਡੇ ਪੰਥ ਦੇ ਪਰਿਵਾਰ ਹੈ ਅਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤਾਂ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਦੋਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਆ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹੁੰਦਾ ਕਿ ਅੱਜ ਫਿਰ ਸਮਾਂ ਆ ਫਰੀਦਕੋਟ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿ ਉਹ ਇਹਨਾਂ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਅਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ ਹਰਾ ਸਕਦਾ ਧਾਰਮਿਕ ਆਗੂ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿੰਨੇ ਲਈ
ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਕਿ ਬਾਦਲ ਪਰਿਵਾਰ ਦੀ ਸਰਪ੍ਰਸਤੀ 'ਚ ਸਾਡੀਆਂ ਇਹ ਸੰਸਥਾਵਾਂ ਜਿਹੜੀਆਂ ਨੇ ਉਹ ਨਿਘਾਰ ਦੀ ਹੱਦ ਤੱਕ ਗਈਆਂ। ਬਾਦਲ ਪਰਿਵਾਰ ਨੇ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤਿਆ। ਇਹਨਾਂ ਨੂੰ ਬਾਦਲ ਪਰਿਵਾਰ ਦੀ ਸਰਪ੍ਰਸਤੀ 'ਚੋਂ ਕੱਢਣ ਲਈ ਮੈਂ ਅਪੀਲ ਕਰ ਰਿਹਾ ਕਿ ਬਾਦਲ ਪਰਿਵਾਰ ਹਰਾਓ, ਪੰਥ ਪੰਜਾਬ ਦੇ ਪੰਥਕ ਸੰਸਥਾਵਾਂ ਬਚਾਓ। ਜੇਕਰ ਇਹਨਾਂ ਨੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਵਰਤਿਆ, ਸ਼੍ਰੋਮਣੀ ਕਮੇਟੀ ਨੂੰ ਜਿਸ ਤਰ੍ਹਾਂ ਵਰਤਿਆ, ਗੁਰੂ ਦੀ ਗੋਲਕ ਦੀ ਜਿਸ ਤਰ੍ਹਾਂ ਦੁਰਵਰਤੋਂ ਕੀਤੀ, ਉਹ ਤੁਹਾਡੇ ਸਾਹਮਣੇ ਹੈ। ਪਰ ਫਿਰ ਵੀ ਅਸੀਂ ਕਹਿੰਦੇ ਕਿ ਜਿਹੜੇ ਅੱਜ ਹੋਰ ਡੰਗਾਂ ਦੀ ਗੱਲ ਕੀਤੀ ਹੈ ਜਾਂ ਗੁਰੂ ਸਾਹਿਬ ਦੇ ਸਰੂਪਾਂ ਦੇ ਦਰਸ਼ਨ, ਇਹ ਬਹੁਤ ਸਮਾਂ ਪਹਿਲਾਂ ਕਰ ਦੇਣਾ ਚਾਹੀਦਾ ਸੀ। ਚਲੋ ਦੇਰ ਆਏ, ਦਰੁਸਤ ਆਏ, ਸਾਡੀ ਸ਼੍ਰੋਮਣੀ ਸੰਸਥਾ ਜੇ ਅੱਜ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਦੇ ਸੈਂਕੜੇ ਹੋਰਡਿੰਗ ਜਿਹੜੇ ਆ ਹਰਿਆਣੇ 'ਚ ਵੀ ਲਾਏ, ਜਿਹੜਾ ਉਹਨਾਂ ਨੇ ਹੁਕਮ ਜਾਰੀ ਕੀਤਾ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ, ਭਾਵੇਂ ਅਜੇ ਵੀ ਉਹ ਜਿਹੜਾ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹ ਘੱਲੂਘਾਰਾ ਜਿਹੜਾ ਹੈ ਸਾਡਾ ਤੀਜਾ ਘੱਲੂਘਾਰਾ ਜੂਨ 84 ਦਾ ਘੱਲੂਘਾਰਾ ਮਨਾਉਣ ਦਾ ਆਦੇਸ਼ ਅਕਾਲ ਤਖ਼ਤ ਸਾਹਿਬ ਵੱਲੋਂ ਹੋਇਆ। ਅਸੀਂ ਪੂਰੇ ਹਰਿਆਣੇ 'ਚ ਉਹਦੇ ਹੋਰਡਿੰਗ ਲਾ ਰਹੇ ਹਾਂ ਔਰ ਉਹਨੂੰ ਵੱਡੀ ਪੱਧਰ 'ਤੇ ਮਨਾ ਕੇ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਉਸ ਵੇਲੇ ਦੀ ਜਿਹੜੀ ਹਿੰਦ ਹਕੂਮਤ ਸੀ ਉਹਨੇ ਸਾਡੇ 'ਤੇ ਹਮਲਾ ਕੀਤਾ ਅਤੇ ਕਿਸ ਤਰੀਕੇ ਨਾਲ ਕਿੰਨਾ ਕਿੰਨਾ ਦੀ ਉਹਦੇ 'ਚ ਸਾਂਝ ਭਿਆਲੀ ਸੀਗੀ, ਕਿੰਨਾ ਨੇ ਸਾਥ ਦਿੱਤਾ, ਉਹ ਵੀ ਨੰਗੇ ਕਰਾਂਗੇ ਇਹਨਾਂ ਸਮਾਗਮਾਂ ਦੇ ਅੰਦਰ। ਅਤੇ ਨਾਲ ਹੀ ਮੈਂ ਸ਼੍ਰੋਮਣੀ ਕਮੇਟੀ ਨੂੰ ਅਤੇ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਉਹਨਾਂ ਨੇ ਕੌਮ ਨੂੰ ਇਹ ਦਿਨ ਮਨਾਉਣ ਵਾਸਤੇ ਕਿਹਾ, ਉੱਥੇ ਸ਼੍ਰੋਮਣੀ ਕਮੇਟੀ ਨੂੰ ਵੀ ਜਿਹੜਾ ਹੁਕਮ ਜਾਰੀ ਕਰੇ ਕਿ ਉਹ ਕੇਵਲ ਸਵੇਰੇ 8 ਵਜੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਭੋਗ ਪਾ ਕੇ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦਾ ਅਤੇ ਸਮਾਪਤੀ ਕਰ ਦਿੰਦੇ ਆ, ਪ੍ਰੋਗਰਾਮ ਰਫਾ ਦਫਾ ਕਰ ਦਿੰਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਵੀ ਆਦੇਸ਼ ਜਾਰੀ ਕਰੇ ਜਥੇਦਾਰ ਅਕਾਲ ਤਖ਼ਤ ਕਿ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਸਾਰਾ ਦਿਨ ਮਨਾਵੇ, 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰਾ ਦਿਨ ਰਾਤ ਮੈਂ ਸਮਝਦਾ ਕਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਚੱਲਣਾ ਚਾਹੀਦਾ। ਉੱਥੇ ਪੰਥਕ ਆਗੂ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਪੰਥ ਨੂੰ ਦੱਸਣ, ਉੱਥੇ ਲੱਖਾਂ ਸੰਗਤਾਂ ਪੁੱਜਦੀਆਂ ਅਤੇ ਪੁੱਜਣਗੀਆਂ ਵੀ, ਉਹਨਾਂ ਨੂੰ ਦੱਸਿਆ ਜਾਵੇ ਕਿ ਘੱਲੂਘਾਰਾ ਸਾਡੇ 'ਤੇ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਕੀਤਾ, ਇੰਦਰਾ ਗਾਂਧੀ ਨੇ ਕੀਤਾ, ਔਰ ਦੂਸਰਾ ਜਿਹੜਾ ਸੀ ਕਿੰਨਾ ਲੋਕਾਂ ਨੇ ਉਹਦਾ ਸਾਥ ਦਿੱਤਾ, ਸਾਡੇ ਅਕਾਲੀ ਦਲ ਦੇ ਉਸ ਵੇਲੇ ਦੇ ਰਹਿਨੁਮਾਨ ਜਿਹੜੇ ਸਨ ਉਹਨਾਂ ਦਾ ਕੀ ਰੋਲ ਸੀਗਾ, ਕਿਹੜੇ ਲੋਕ ਜਿਹੜੇ ਉਹਨਾਂ ਦੇ ਕੁਹਾੜੇ ਦੇ ਦਸਤੇ ਬਣੇ, ਇਹ ਵੀ ਸਾਰਾ ਕੁਝ ਜਿਹੜਾ ਹੈਗਾ ਪੰਥ ਦੇ ਸਾਹਮਣੇ ਉਜਾਗਰ ਹੋਣਾ ਚਾਹੀਦਾ। ਤਾਂ ਹੀ ਮੈਂ ਅਪੀਲ ਕਰ ਰਿਹਾ ਕਿ ਅੱਜ ਬਾਦਲ ਪਰਿਵਾਰ ਜਿਹੜਾ ਉਹਨੂੰ ਹਰਾਓ, ਪੰਥ ਪੰਜਾਬ ਪੰਥਕ ਸੰਸਥਾਵਾਂ ਨੂੰ ਬਚਾਓ, ਤਾਂ ਹੀ ਬਚ ਸਕਦੀਆਂ ਨੇ। ਜੇਕਰ ਅਸੀਂ ਬਾਦਲ ਪਰਿਵਾਰ ਨੂੰ ਪਾਸੇ ਕਰਾਂਗੇ ਤਾਂ ਹੀ ਇਹ ਸੌਦਾ ਸਾਧ ਵਰਗੇ ਜਿਹੜੇ ਮਾਫ਼ੀਨਾਮੇ ਜਾਰੀ ਹੋਏ ਆ ਜਾਂ ਗੁਰੂ ਦੀ ਗੋਲਕ ਦੇ ਲੱਖਾਂ ਦੇ ਇਸ਼ਤਿਹਾਰ ਜਿਹੜੇ ਜਾਰੀ ਕੀਤੇ ਆ ਸੌਦਾ ਸਾਧ ਵਾਸਤੇ, ਇਹਨਾਂ ਦਾ ਸੱਚ ਅਤੇ ਇਨਸਾਫ਼ ਜਿਹੜਾ ਉਹ ਤਾਂ ਹੀ ਕੀਤਾ ਜਾ ਸਕਦਾ ਜੇਕਰ ਬਾਦਲਾਂ ਦੀ ਸਰਪ੍ਰਸਤੀ ਹਟਾ ਕੇ ਅਤੇ ਪੰਥ ਦਰਦੀ ਲੋਕ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਆਉਣਗੇ। ਕਿਉਂਕਿ ਇਲੈਕਸ਼ਨ ਵੀ ਬੜੀ ਡਿਊ ਚੱਲ ਰਹੀ ਆ, 12 ਸਾਲ ਹੋ ਗਏ ਆ ਇਹ ਇਲੈਕਸ਼ਨ ਨਹੀਂ ਹੋਈ, ਕੇਂਦਰ ਸਰਕਾਰ ਇਹਦੀ ਇਲੈਕਸ਼ਨ ਕਰਾਵੇ ਤਾਂ ਕਿ ਪੰਥ ਦਰਦੀ ਜਿਹੜੇ ਆ ਪੰਥਕ ਸੰਗਤਾਂ ਜਿਹੜੀਆਂ ਨੇ ਉਹ ਚੁਣ ਕੇ ਨੁਮਾਇੰਦੇ ਭੇਜਣ ਅਤੇ ਉਹ ਫਿਰ ਪੰਥ ਅਤੇ ਪੰਜਾਬ ਦੀ ਗੱਲ ਜਿਹੜੀ ਆ ਉਹ ਕਰਨ। ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਜੋ 2015 'ਚ ਹੋਈ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਆਈ, ਹੁਣ ਆਪ ਸਰਕਾਰ ਦੇ ਵੀ 2.5 ਸਾਲ ਲੰਘਣ ਵਾਲੇ ਆ, ਇਹਨਾਂ ਨੇ ਵੀ ਇਨਸਾਫ਼ ਦਿੱਤਾ? ਦੇਖੋ ਮੈਂ ਉਸ ਵੇਲੇ ਵੀ ਕਿਹਾ ਸੀ ਅਸੀਂ ਬਾਦਲਾਂ ਤੋਂ ਇਨਸਾਫ਼ ਚਾਹੁੰਦੇ, 1.5 ਸਾਲ ਉਹਨਾਂ ਦੀ ਸਰਕਾਰ ਰਹੀ ਬੇਅਦਬੀ ਤੋਂ ਬਾਅਦ, ਪਰ ਉਹਨਾਂ ਇਨਸਾਫ਼ ਨਹੀਂ ਦਿੱਤਾ। ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ ਕੈਪਟਨ ਅਮਰਿੰਦਰ ਸਿੰਘ 'ਤੇ, ਉਹਨੇ ਕਿਹਾ ਨਸ਼ੇ ਖਤਮ ਕਰ ਦੂੰ, ਬੇਅਦਬੀ ਦਾ ਇਨਸਾਫ਼ ਕਰੋ। ਬਠਿੰਡਾ ਰੈਲੀ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ, ਅਸੀਂ ਤਾਂ ਉਦੋਂ ਹੁਸ਼ਿਆਰਪੁਰ ਜੇਲ੍ਹ ਵਿੱਚ ਸੀਗੇ। ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਅਸੀਂ TV 'ਤੇ ਦੇਖਿਆ ਸੀ ਜਦੋਂ ਸਾਨੂੰ ਸਰਬੱਤ ਖਾਲਸੇ ਤੋਂ ਬਾਅਦ ਜੇਲ੍ਹਾਂ 'ਚ ਡੱਕ ਦਿੱਤਾ ਸੀ, ਮੈਨੂੰ ਹੁਸ਼ਿਆਰਪੁਰ ਜੇਲ੍ਹ 'ਚ ਡੱਕਿਆ ਹੋਇਆ ਸੀਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ੇਰ 'ਚੋਂ ਪੂਣੀ ਨਹੀਂ ਕੱਤੀ, ਉਹਨੇ ਵੀ ਜਿਹੜਾ ਸੀਗਾ ਉਹ ਚਾਚੇ ਭਤੀਜੇ ਰਲ ਕੇ ਬਾਦਲਾਂ ਨਾਲ ਸਾਂਝ ਭਿਆਲੀ ਪੁਗਾਈ, ਤਾਂ ਹੀ ਉਹਦਾ ਹਸਰ ਵੀ ਬਾਦਲਾਂ ਵਾਲਾ ਹੋਇਆ। ਸੌਦਾ ਸਾਧ ਨੂੰ ਬਚਾਉਂਦੇ ਬਾਦਲ ਜਿਹੜੇ ਸੀ
ਉਹਨਾਂ ਦਾ ਬੁਰਾ ਹਸ਼ਰ ਹੋਇਆ। ਬਾਦਲਾਂ ਨੂੰ ਬਚਾਉਂਦੇ ਕੈਪਟਨ ਦਾ ਉਹਦੀ ਪਾਰਟੀ ਨੇ ਘੜੀਸ ਕੇ ਉਹਨੂੰ ਤਖ਼ਤ ਤੋਂ ਲਾਇਆ 4.5 ਸਾਲਾਂ ਬਾਅਦ। ਅਤੇ ਉਹੀ ਹਾਲ ਅੱਜ ਭਗਵੰਤ ਸਿੰਘ ਮਾਨ ਦਾ ਆ। ਭਗਵੰਤ ਸਿੰਘ ਮਾਨ ਵੀ ਉਹਦਾ ਇਨਸਾਫ਼ ਨਹੀਂ ਕਰ ਰਿਹਾ। ਅਤੇ ਮੈਂ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਵੀ ਮੁਲਾਕਾਤ ਕਰਕੇ ਵੀ ਆਖਿਆ ਕਿ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ। ਇਹ ਤਖ਼ਤ ਇਹ ਕੁਰਸੀਆਂ ਸਦਾ ਨਹੀਂ ਰਹਿੰਦੀਆਂ, ਉਹੀ ਲੋਕ ਸਦਾ ਯਾਦ ਰਹਿੰਦੇ ਜਿਹੜੇ ਇਹਨਾਂ ਤਖ਼ਤਾਂ ਕੁਰਸੀਆਂ 'ਤੇ ਬੈਠ ਕੇ ਸੱਤਾ 'ਤੇ ਇਨਸਾਫ਼ ਕਰਦੇ ਆ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਕਰੋ। ਉਹਦੇ 'ਤੇ ਰਾਜਨੀਤੀ ਜਿੰਨੇ ਵੀ ਸਿਆਸਤ ਕੀਤੀ, ਚਾਹੇ ਉਹ ਬਾਦਲ ਹੋਣ, ਕੈਪਟਨ ਹੋਵੇ, ਚਾਹੇ ਭਗਵੰਤ ਸਿੰਘ ਮਾਨ ਹੋਵੇ, ਹਸਰ ਪਹਿਲਿਆਂ ਦਾ ਵੀ ਬੁਰਾ ਹੋਊਗਾ ਅਤੇ ਹੋਣ ਵਾਲਿਆਂ ਦਾ ਵੀ ਬੁਰਾ ਹੋਊਗਾ ਜੇਕਰ ਉਹਨਾਂ ਇਨਸਾਫ਼ ਨਾ ਕੀਤਾ। ਅਸੀਂ ਜਥੇਦਾਰ ਕੌਂਕੇ ਵਾਲੇ ਮਸਲੇ 'ਤੇ ਵੀ ਭਗਵੰਤ ਸਿੰਘ ਮਾਨ ਨੂੰ ਕਿਹਾ, ਪਰ ਉਹਨੇ ਜਿਸ ਤਰ੍ਹਾਂ ਗੁੰਗਲੀਆਂ ਤੋਂ ਮਿੱਟੀ ਝਾੜੀ ਆ, ਜਿਸ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲਾ ਮਸਲਾ ਪੈਂਡਿੰਗ ਕੀਤਾ ਵਾ, ਜਿਹਦੀ ਰਿਹਾਈ ਬਣਦੀ ਸੀ, ਉੱਥੇ ਉਹਦੇ ਆਕਾ ਕੇਜਰੀਵਾਲ ਦੀ ਸਰਕਾਰ ਆ। ਫਿਰ ਅੱਜ ਦੇਖੋ ਇਨਸਾਫ਼ ਹੋ ਰਿਹਾ, ਜਿਹਨਾਂ ਨੇ ਇੱਕ ਬੇਕਸੂਰ ਸਿੱਖ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਨਜ਼ਰਬੰਦ ਆ, ਉਹਨੂੰ ਰਿਹਾਅ ਨਹੀਂ ਕੀਤਾ, ਅਤੇ ਉਸੇ ਜੇਲ੍ਹ ਦੇ ਵਿੱਚ ਕੇਜਰੀਵਾਲ ਨੂੰ ਜਾਣਾ ਪੈ ਗਿਆ, ਸੰਜੇ ਸਿੰਘ ਨੂੰ ਜਾਣਾ ਪੈ ਗਿਆ, ਸਿਸੋਦੀਆ ਨੂੰ ਜਾਣਾ ਪੈ ਗਿਆ, ਉਹਨਾਂ ਦੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜਾਣਾ ਪੈ ਗਿਆ। ਜੇ ਉਹ ਅੱਜ ਇਹਨਾਂ ਭ੍ਰਿਸ਼ਟਾਚਾਰ ਦੇ ਵਿੱਚ ਫਸ ਕੇ ਉਹਨਾਂ ਜੇਲ੍ਹਾਂ 'ਚ ਜਾ ਰਹੇ ਆ, ਅਤੇ ਜਿਹੜੇ ਸਾਡੇ ਸਿੱਖ ਯੋਧੇ ਜਿਹੜੇ ਆ ਸਿੱਖ ਕਾਰਨਾਮਿਆਂ ਦੇ ਵਿੱਚ ਜੇਲ੍ਹਾਂ 'ਚ ਬੰਦ ਆ, ਉਹਨਾਂ ਦੀ ਰਿਹਾਈ ਜਿਹੜੀ ਕਰਨੀ ਉਹ ਬਣਦੀ, ਜੇ ਨਹੀਂ ਕੀਤੀ ਤਾਂ ਅੱਜ ਹਸਰ ਕੀ ਹੋਇਆ। ਸੋ ਮੈਂ ਬੇਅਦਬੀ ਵਾਲੇ ਮੁੱਦੇ 'ਤੇ ਵੀ ਇਹ ਕਹਿਣਾ ਚਾਹੁੰਦਾ ਕਿ ਜੋ ਬਾਦਲਾਂ ਦਾ ਹਸਰ ਤੇ ਕੈਪਟਨ ਦਾ ਹੋਇਆ, ਜੇਕਰ ਭਗਵੰਤ ਸਿੰਘ ਮਾਨ ਨੇ ਵੀ ਇਨਸਾਫ਼ ਨਾ ਕੀਤਾ, ਅਸੀਂ ਮਿਲ ਕੇ ਵੀ ਉਹਨੂੰ ਅਗਾਹ ਕੀਤਾ, ਮਿਲ ਕੇ ਵੀ ਸੁਚੇਤ ਕੀਤਾ ਕਿ ਇਹਦਾ ਇਨਸਾਫ਼ ਕੀਤਾ ਜਾਵੇ, ਜੇ ਨਾ ਕੀਤਾ ਤਾਂ ਹਸਰ ਕੈਪਟਨ ਅਤੇ ਬਾਦਲਾਂ ਦਾ, ਭਗਵੰਤ ਸਿੰਘ ਮਾਨ ਨੂੰ ਵੀ ਯਾਦ ਰੱਖਣਾ ਚਾਹੀਦਾ। ਬਾਬਾ ਜੀ ਲਗਾਤਾਰ ਪ੍ਰਧਾਨ ਮੰਤਰੀ ਨੇ ਰੈਲੀਆਂ ਕੀਤੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਹਰੇਕ ਰੈਲੀ ਵਿੱਚ ਇੱਕੋ ਗੱਲ ਦਾ ਜ਼ਿਕਰ ਕੀਤਾ ਕਿ ਸਿੱਖਾਂ ਲਈ ਸਾਡੇ ਤੋਂ ਬਿਹਤਰ ਕੋਈ ਨਹੀਂ, ਯਾਨੀ ਕਿ ਭਾਜਪਾ ਤੋਂ ਬਿਹਤਰ ਕੋਈ ਨਹੀਂ, ਕਿਵੇਂ? ਦੇਖੋ ਇਹ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਆਪਣੇ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਉਹ ਸੰਗਤਾਂ ਦੇ ਸਾਹਮਣੇ ਰੱਖੀਆਂ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਗਏ, ਲੰਗਰ 'ਚ ਸੇਵਾ ਕੀਤੀ, ਲੰਗਰ ਬਣਾਇਆ ਵਰਤਾਇਆ। ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਨਹੀਂ, ਸਰਦਾਰ ਮਨਮੋਹਨ ਸਿੰਘ ਉਹ ਤਾਂ ਸਾਡੇ ਸਿੱਖ ਹੀ ਸੀ, ਕੋਈ ਗੈਰ ਸਿੱਖ ਪ੍ਰਧਾਨ ਮੰਤਰੀ ਇਸ ਤਰ੍ਹਾਂ ਗਿਆ ਹੋਵੇ ਅਸੀਂ ਨਹੀਂ ਦੇਖਿਆ। ਪਰ ਜੋ ਉਹਨਾਂ ਨੇ ਚੰਗਾ ਕੰਮ ਕੀਤਾ ਉਹਦੀ ਤਾਂ ਹੀ ਅਸੀਂ ਸ਼ਲਾਘਾ ਪਿਛਲੇ ਦਿਨਾਂ 'ਚ ਵੀ ਮੈਂ ਕੀਤੀ ਅਤੇ ਹਮੇਸ਼ਾ ਕੀਤੀ ਹੈ। ਮੈਨੂੰ ਇਸ ਗੱਲ ਦੇ ਉੱਤੇ ਕੋਈ ਘਬਰਾਹਟ ਨਹੀਂ ਹੈ ਔਰ ਕੋਈ ਇਹਦੇ 'ਤੇ ਕੋਈ 605 ਨਹੀਂ, ਦੁਬਧਾ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਗੁਰੂ ਸਾਹਿਬ ਨੂੰ ਜਿਸ ਲਾਲ ਕਿਲ੍ਹੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਕਤਲ ਕਰਨ ਦਾ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਸੀ, ਅੱਜ ਔਰੰਗਜ਼ੇਬ ਨੂੰ ਕੋਈ ਨਹੀਂ ਪੁੱਛਦਾ, ਉਸੇ ਲਾਲ ਕਿਲ੍ਹੇ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦੀ ਸ਼ਤਾਬਦੀ ਮਨਾਈ। ਇਹ ਪ੍ਰਧਾਨ ਮੰਤਰੀ ਦੀ ਪ੍ਰਾਪਤੀ ਹੈ, ਸਿੱਖਾਂ ਪ੍ਰਤੀ ਪਿਆਰ ਹੈ, ਸਿੱਖ ਗੁਰੂਆਂ ਪ੍ਰਤੀ। ਸਾਹਿਬਜ਼ਾਦਿਆਂ ਦਾ ਦਿਨ ਨੈਸ਼ਨਲ ਤੌਰ 'ਤੇ ਮਨਾਉਣ ਦਾ ਜਿਹੜਾ ਹੁਕਮ ਜਾਰੀ ਕੀਤਾ, ਸਾਡੀ ਉੱਥੇ ਜ਼ਰੂਰ ਇਸ ਗੱਲ ਦੀ ਮੰਗ ਰਹੀ ਹੈ ਕਿ ਇਹਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ, ਨਾ ਕਿ ਵੀਰ ਬਾਲ ਦਿਵਸ ਦੇ। ਉਹ ਗੱਲਬਾਤ ਅੱਜ ਵੀ ਜਾਰੀ ਹੈ ਅਤੇ ਸੰਵਿਧਾਨ ਵੀ ਬਦਲੇ ਗਏ ਆ, ਕਿੰਨੀ ਵਾਰ ਫੈਸਲੇ ਵੀ ਬਦਲੇ ਗਏ ਆ ਸਾਡੀ। ਅਸੀਂ ਸਮਝਦੇ ਹਾਂ ਕਿ ਜੇ ਸਾਡਾ ਪੰਥ ਦੇ ਪੰਜਾਬ ਦਾ ਇੰਨਾ ਉਹਨਾਂ ਦੇ ਨਾਲ ਪਿਆਰ ਸਤਿਕਾਰ ਬਣ ਜਾਵੇ ਤਾਂ ਉਹ ਇਸ ਗੱਲ ਨੂੰ ਵੀ ਮੰਨਣ ਲਈ ਮਜਬੂਰ ਹੋ ਜਾਣ ਕਿ ਇਹਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਜਿਹੜਾ ਰੱਖਿਆ ਜਾਵੇ। ਅੱਗੇ ਅਸੀਂ ਦਿਨ ਮਨਾਉਂਦੇ ਸੀ ਸਾਹਿਬਜ਼ਾਦਿਆਂ ਦਾ, ਅਸੀਂ ਮਨਾਉਣਾ ਸਾਡੇ ਉਹ ਸਾਹਿਬਜ਼ਾਦੇ ਗੁਰੂ ਦੇ, ਪਰ ਅੱਜ ਗੈਰ ਸਿੱਖ ਵੀ, ਅੱਜ ਕਰਨਾਟਕਾ ਦੇ ਗਵਰਨਰ ਹਾਊਸ, ਕੇਰਲਾ ਦੇ ਗਵਰਨਰ ਹਾਊਸ, ਤਾਮਿਲਨਾਡੂ ਦੇ ਗਵਰਨਰ ਹਾਊਸ, ਅੱਜ ਅਮੈਰੀਕਾ, ਕੈਨੇਡਾ, ਜਰਮਨ, ਫਰਾਂਸ ਦੀਆਂ ਅੰਬੈਸੀਆਂ ਜਿਹੜੇ ਸਫਾਰਤਖਾਨੇ ਆ ਉਹਨਾਂ 'ਚ ਸਾਹਿਬਜ਼ਾਦਿਆਂ ਦਾ ਦਿਨ ਮਨਾਇਆ ਜਾ ਰਿਹਾ। ਕਿੱਡੀ ਵੱਡੀ ਪ੍ਰਾਪਤੀ ਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਹੇਮਕੁੰਟ ਸਾਹਿਬ ਦਾ ਰੋਪਵੇ 1163 ਕਰੋੜ ਰੁਪਈਏ ਦੇ ਨਾਲ ਸ਼ੁਰੂਆਤ ਕੀਤੀ ਆ। ਬਹੁਤ ਸਾਰੇ ਮਸਲੇ ਜਿਹੜੇ ਹੱਲ ਹੋਏ ਆ, ਬਹੁਤ ਸਾਰੇ ਅਜੇ ਪੈਂਡਿੰਗ ਆ,
ਉਹ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸਾਡੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ, ਕੁਝ ਰਿਹਾ ਹੋਏ ਆ, ਕੁਝ ਦੀਆਂ ਪੈਰੋਲਾਂ ਵੀ ਹੋਈਆਂ, ਕਈਆਂ ਦੀਆਂ ਜੇਲ੍ਹ ਤਬਦੀਲੀਆਂ ਵੀ ਹੋਈਆਂ ਨੇ, ਜਿਹੜੇ ਬਾਕੀ ਰਹਿੰਦੇ ਆ ਉਹ ਵੀ ਰਿਹਾ ਕੀਤੇ ਜਾਣ। ਇਹਦੇ ਵਾਸਤੇ ਜਿਹੜੇ ਸਾਡੇ ਪੰਥਕ ਆਗੂ ਜਿਹੜੇ ਚਾਹੇ ਉਹ ਬੀਜੇਪੀ ਜੁਆਇਨ ਕਰ ਚੁੱਕੇ ਆ ਜਾਂ ਸੰਪਰਕ 'ਚ ਆ, ਉਹ ਯਤਨਸ਼ੀਲ ਨੇ। ਮੈਂ ਖੁਦ ਆਪਣੇ ਵੱਲੋਂ ਇਸ ਵਾਸਤੇ ਪ੍ਰਧਾਨ ਮੰਤਰੀ ਨੂੰ ਬਤੌਰ ਪ੍ਰਧਾਨ ਹਰਿਆਣਾ ਕਮੇਟੀ ਚਿੱਠੀ ਲਿਖੀ ਔਰ ਬਤੌਰ ਐਗਜ਼ੈਕਟਿਵ 'ਚ ਮਤਾ ਪਾ ਕੇ ਮੁੱਖ ਮੰਤਰੀ ਹਰਿਆਣਾ ਨੂੰ ਦਿੱਤਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਇੱਕ ਪਾਸੇ ਆਪੇ ਦੇਖਣਾ ਚਾਹੀਦਾ ਤੋਪਾਂ ਟੈਂਕਾਂ ਨਾਲ ਅਕਾਲ ਤਖ਼ਤ ਸਾਹਿਬ ਢਾਉਣ ਵਾਲੇ, ਇੱਕ ਪਾਸੇ ਅੱਜ ਉਹ ਪ੍ਰਧਾਨ ਮੰਤਰੀ ਜੇਕਰ ਸਾਡੇ ਨਾਲ ਨੇੜਤਾ ਦਿਖਾ ਰਹੇ ਆ ਜਾਂ ਸਾਡੇ ਮਸਲੇ ਹੱਲ, ਅਕਸਰ ਮਸਲੇ ਤਾਂ ਉਹਨਾਂ ਨੇ ਹੱਲ ਕਰਨੇ ਆ। ਕਈ ਕਹਿੰਦੇ ਜੀ ਤੁਸੀਂ ਮੋਦੀ ਸਾਹਿਬ ਦਾ ਸਮਰਥਨ ਕੀਤਾ, ਮੈਨੂੰ ਦੱਸੋ ਕੇਂਦਰ ਦੇ ਵਿੱਚ ਸਾਡਾ ਅਲਟਰਨੇਟਿਵ ਕੀ ਹੈ? ਤੁਸੀਂ ਕੋਈ ਆਪਣਾ ਸਿੱਖ ਪ੍ਰਧਾਨ ਮੰਤਰੀ ਦਿੱਤਾ ਜਾਂ ਕੋਈ ਇੰਨੀਆਂ ਵੋਟਾਂ ਜਾਂ ਇੰਨੀਆਂ ਸੀਟਾਂ ਹੈ ਕਿ ਅਸੀਂ ਕੇਂਦਰ 'ਚ ਆਪਣਾ ਪ੍ਰਧਾਨ ਮੰਤਰੀ ਬਣਾ ਸਕੀਏ? ਅਤੇ ਜਿਹੜਾ ਪ੍ਰਧਾਨ ਮੰਤਰੀ ਸਾਡੀ ਗੱਲ ਸੁਣ ਰਿਹਾ ਜਾਂ ਜਿਹਨੂੰ ਗੱਲ ਅਸੀਂ ਸੁਣਾਉਣਾ ਚਾਹੁੰਦੇ, ਜਿਹਨੇ ਕਰਨਾ ਆ ਅਸੀਂ ਉਹਦਾ ਹੀ ਸਮਰਥਨ ਕਰ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੁਝ ਮਸਲੇ ਸਾਡੇ ਪਹਿਲਾਂ ਹੱਲ ਕੀਤੇ ਆ, ਕੁਝ ਜਿਹੜੇ ਰਹਿੰਦੇ ਅਸੀਂ ਆਸ ਰੱਖਦੇ ਹਾਂ। ਉਹਨਾਂ ਪੰਜਾਬ 'ਚ ਆ ਕੇ ਵੀ ਆਖਿਆ ਤਾਂ ਕਹਿੰਦੇ ਜੇ ਕਿਤੇ ਪਹਿਲਾਂ ਸਾਡੀ ਸਰਕਾਰ ਹੁੰਦੀ ਤਾਂ ਕਰਤਾਰਪੁਰ ਸਾਹਿਬ ਵੀ ਸਰਹੱਦੋਂ ਪਾਰ ਨਾ ਹੁੰਦਾ, ਇਸ ਪਾਸੇ ਹੁੰਦਾ, ਫੈਸਲਾ ਇਸ ਤਰ੍ਹਾਂ ਦਾ ਹੁੰਦਾ। ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਾਡਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆ, ਗੁਰਦੁਆਰਾ ਮੰਗੂ ਮੱਠ ਆ, ਗੁਰਦੁਆਰਾ ਸਾਡਾ ਡਾਂਗਮਾਰ ਸਾਹਿਬ ਆ ਸਿੱਕਮ 'ਚ, ਉਹ ਗੁਰਦੁਆਰੇ ਸਾਹਿਬ ਵੀ ਜਲਦੀ ਜਿਹੜੇ ਆ ਪੰਥ ਦੇ ਹਵਾਲੇ ਕੀਤੇ ਜਾਣਗੇ ਪ੍ਰਧਾਨ ਮੰਤਰੀ ਸਾਹਿਬ, ਜੇਕਰ ਕੇਂਦਰ 'ਚ ਸਰਕਾਰ ਉਹਨਾਂ ਦੀ ਦੁਬਾਰਾ ਆਉਂਦੀ ਆ। ਅਤੇ ਅਸੀਂ ਆਸ ਰੱਖਦੇ ਹਾਂ, ਅਸੀਂ ਮੰਗ ਕਰਾਂਗੇ ਉਹਨਾਂ ਨਾਲ ਮੁਲਾਕਾਤ ਕਰਕੇ ਲਿਖ ਕੇ ਵੀ ਕਿ ਤੁਹਾਨੂੰ ਦੇਖੋ ਬਹੁਮਤ ਜਿਹੜਾ ਹੈਗਾ ਦੇਸ਼ ਦੇ ਵਿੱਚੋਂ ਮਿਲਿਆ, ਅਤੇ ਤੁਸੀਂ ਇਹ ਜਿਹੜਾ ਹੈਗਾ ਆਪਣਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਹੱਲ ਕਰੋ, ਜੇਕਰ ਉਹਨਾਂ ਨੂੰ ਬਹੁਮਤ ਮਿਲਦਾ ਜਿਵੇਂ ਉਹ 400 ਪਾਰ ਦਾ ਨਾਰਾ ਦੇ ਰਹੇ ਆ, ਜੇਕਰ ਉਹਨਾਂ ਦੀ ਸਰਕਾਰ ਬਣਦੀ ਆ ਅਤੇ ਅਸੀਂ ਆਪਣੀਆਂ ਮੰਗਾਂ ਫਿਰ ਜਿੰਨੇ ਸਾਡੇ ਮਸਲੇ ਉਹਨਾਂ ਹੱਲ ਕੀਤੇ ਆ ਜਾਂ ਜਿਹੜੇ ਗੁਰੂਆਂ ਦੇ ਗੁਰਪੁਰਬ ਨੈਸ਼ਨਲ ਤੌਰ 'ਤੇ ਮਨਾਏ ਆ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਜੇ ਉਹਨਾਂ ਨੇ ਇੱਥੇ ਆ ਕੇ ਆਖਿਆ ਤਾਂ ਮੈਂ ਸਮਝਦਾ ਇਹਦੇ 'ਚ ਕੋਈ ਅਤਕਥਨੀ ਵੀ ਨਹੀਂ ਆ ਜੋ ਪ੍ਰਧਾਨ ਮੰਤਰੀ ਨੇ ਕਿਹਾ। ਕੁਝ ਹੋਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਅਸੀਂ ਉਹਨਾਂ ਲੋਕਾਂ ਨੂੰ ਰਿਹਾ ਨਹੀਂ ਕਰਾਂਗੇ ਜਿਹੜੇ ਲੋਕ ਬੇਅੰਤ ਸਿੰਘ ਦੇ ਕਾਤਲ। ਕੋਈ ਨਹੀਂ, ਅਸੀਂ ਉਹਨਾਂ ਨੂੰ ਦੱਸਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਅੰਦਰ ਰੱਖਣਾ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਆ, ਹਿਊਮਨ ਰਾਈਟ ਦਾ ਜਿਹੜਾ ਵਾਇਲੇਸ਼ਨ ਆ ਕਿ ਜਿਹੜੇ ਬੰਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਬੇਅੰਤ ਸਿੰਘ ਮੁੱਖ ਮੰਤਰੀ ਨੇ ਕੋਈ ਭਲੀ ਨਹੀਂ ਸੀ ਗੁਜ਼ਾਰੀ, ਉਹਨੇ ਸਾਡੇ ਮੁਸ਼ਫੁੱਟ ਗੱਭਰੂ ਨੌਜਵਾਨ ਜਿਹੜੇ ਸੀ ਘਰਾਂ 'ਚੋਂ ਕੱਢ ਕੱਢ ਕੇ ਸ਼ਹੀਦ ਕੀਤੇ, ਝੂਠੇ ਪੁਲਿਸ ਮੁਕਾਬਲੇ ਬਣਾਏ। ਬੇਅੰਤ ਸਿੰਘ ਮੁੱਖ ਮੰਤਰੀ ਬੇਅੰਤਾ ਬੁੱਚੜ ਸੀ, ਕੋਈ ਧਰਮਾਤਮਾ ਨਹੀਂ ਸੀਗਾ। ਇਹ ਅਸੀਂ ਅਮਿਤ ਸ਼ਾਹ ਨੂੰ ਦੱਸਾਂਗੇ, ਅਸੀਂ ਉਹਨਾਂ ਨਾਲ ਗੱਲਬਾਤ ਮੁਲਾਕਾਤ ਕਰਕੇ ਉਹਨਾਂ ਨੂੰ ਦੱਸਾਂਗੇ ਕਿ ਜਿਹੜਾ ਅੱਜ ਠੀਕ ਆ ਉਹਨਾਂ ਦਾ ਜਿਹੜਾ ਪੋਤਰਾ ਅੱਜ ਇਸ ਪਾਰਟੀ ਵਿੱਚ ਬੀਜੇਪੀ ਜੁਆਇਨ ਕਰ ਗਿਆ ਅਤੇ ਉਹ ਕੈਂਡੀਡੇਟ ਆ ਲੁਧਿਆਣੇ ਤੋਂ ਅਤੇ ਉਹਦੇ ਸਮਰਥਨ 'ਚ ਆਏ, ਹੋਮ ਮਿਨਿਸਟਰ ਸਾਹਿਬ ਨੇ ਗੱਲ ਕਹੀ ਹੈ, ਪਰ ਫੈਸਲੇ ਤੁਹਾਨੂੰ ਪਤਾ ਬਦਲਦੇ ਰਹਿੰਦੇ ਆ, ਚੋਣਾਂ 'ਚ ਕੁਝ ਹੋਰ ਹੁੰਦੇ, ਬਾਅਦ 'ਚ ਕੁਝ ਹੋਰ ਹੁੰਦੇ, ਚੋਣ ਮੈਨੀਫੈਸਟੋ ਕੁਝ ਹੋਰ ਹੁੰਦੇ ਆ ਅਤੇ ਬਾਅਦ 'ਚ ਫੈਸਲੇ ਹੋਰ ਹੁੰਦੇ ਆ। ਅਸੀਂ ਉਹਨਾਂ ਦੇ ਨਾਲ ਜਿਹੜਾ ਇਹ ਗੱਲਬਾਤ ਕਰਕੇ ਜਿਹੜਾ ਇਹ ਸਾਡੇ ਸਿੱਖ ਨੌਜਵਾਨ, ਅਸੀਂ ਪਹਿਲਾਂ ਵੀ ਮੋਰਚੇ ਧਰਨੇ ਮੁਜ਼ਾਹਰੇ ਕੀਤੇ ਆ, ਉਹਨਾਂ ਸਾਹਮਣੇ ਗੱਲ ਰੱਖੀ, ਬਹੁਤ ਸਾਰੇ ਹੱਲ ਵੀ ਹੋਏ ਜਿਹੜੇ ਰਹਿੰਦੇ ਆ, ਉਹ ਵੀ ਉਹਨਾਂ ਦੇ ਸਾਹਮਣੇ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਰੱਖਾਂਗੇ। ਗੱਲ ਕਹਿ ਰਿਹਾ ਤੁਸੀਂ ਸਾਥ ਦੇਣ ਦੀ ਗੱਲ ਜਿਹੜੀ ਹੈ ਤੁਸੀਂ ਆਪਣੇ ਕੋਲੋਂ ਨਾ ਜੋੜੋ, ਮੈਂ ਕਿਸੇ ਦਾ ਸਾਥ ਦੇਣ ਨੂੰ ਨਹੀਂ ਕਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿ ਇੱਥੇ ਬਾਦਲ ਪਰਿਵਾਰ ਹਰਾਓ, ਮੈਂ ਕਹਿ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਨੂੰ ਖਡੂਰ ਸਾਹਿਬ ਦੇ ਫਰੀਦਕੋਟ ਤੋਂ ਜਿਤਾਓ। ਜਿਹੜੀ ਗੱਲ ਕਿਸਾਨਾਂ ਦੀ ਹੈ, ਦੇਖੋ 3 ਖੇਤੀ ਕਾਨੂੰਨਾਂ ਵਾਸਤੇ ਸੰਘਰਸ਼ ਹੋਇਆ ਸੀ, 3 ਖੇਤੀ ਕਾਨੂੰਨ ਵਾਪਸ ਲੈ ਲਏ, MSP ਦੇ ਜੋ ਗੱਲਬਾਤ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੀ ਉਹਨੂੰ ਪੂਰਾ ਕੀਤਾ ਜਾਵੇ। ਅਸੀਂ ਪਹਿਲਾਂ ਵੀ ਕਿਹਾ ਅਸੀਂ ਕਿਸਾਨ ਪਹਿਲਾਂ, ਜੈ ਜਵਾਨ ਅਤੇ ਜੈ ਕਿਸਾਨ, ਮੈਂ ਵੀ ਕਿਸਾਨ ਦਾ ਪੋਤੇ ਹਾਂ,
ਉਸ ਵੇਲੇ ਵੀ ਮੈਂ ਜਾ ਕੇ ਸਿੰਘੂ ਬਾਰਡਰ ਤੇ ਜਦੋਂ ਅੰਦੋਲਨ ਚੱਲ ਰਿਹਾ ਸੀ, ਭਾਵੇਂ ਮੈਂ ਪ੍ਰਧਾਨ ਸੀ ਔਰ ਹਰਿਆਣਾ ਕਮੇਟੀ ਦਾ ਤੇ ਬੀਜੇਪੀ ਦੀ ਸਰਕਾਰ ਸੀ ਹਰਿਆਣੇ ਦੇ ਅੰਦਰ, ਮੈਂ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਸੱਚਾਈ ਦਾ ਸਾਥ ਦਿੰਦਿਆਂ ਕਿਸਾਨਾਂ ਦੇ ਹੱਕ ਵਿੱਚ ਜਾ ਕੇ ਮੈਡੀਕਲ ਕੈਂਪ ਲਾਏ, ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਲੰਗਰਾਂ ਦੀ ਸੇਵਾ ਕੀਤੀ ਔਰ ਖੁਦ ਮੈਂ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਬੋਲਿਆ ਸੀ। ਅੱਜ ਵੀ 16-17 ਮਿੰਟ ਦੀ ਮੇਰੀ ਸਪੀਚ ਜਿਹੜੀ ਆ, ਮੇਰਾ ਲੈਕਚਰ ਯੂਟਿਊਬ ਦੇ ਉੱਤੇ ਪਿਆ, ਜਦੋਂ ਕਿ ਆਪਣਾ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੇ ਵੱਡੇ ਲੰਗਰ ਤੇ ਰਹਿਣ ਦੇ ਵੀ ਪ੍ਰਬੰਧ ਕੀਤੇ, ਪਰ ਉਹਨਾਂ ਨੂੰ ਸੰਯੁਕਤ ਮੋਰਚੇ ਵਾਲਿਆਂ ਆਪਣੀ ਸਟੇਜ ਤੇ ਟਾਈਮ ਨਹੀਂ ਸੀ ਦਿੱਤਾ। ਮੈਨੂੰ ਸੰਗਤ ਵਿੱਚ ਬੈਠੇ ਨੂੰ ਬੁਲਾ ਕੇ ਸਟੇਜ ਤੇ ਬੁਲਾਇਆ ਸੀ ਔਰ ਮੈਂ ਉੱਥੇ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ। 3 ਖੇਤੀ ਕਾਨੂੰਨ ਵਾਪਸ ਹੋਏ, ਜਿਹੜੇ 3 ਖੇਤੀ ਕਾਨੂੰਨ ਵਾਪਸ ਹੋਏ ਤਾਂ ਹੀ ਕਿਸਾਨ ਉੱਠ ਕੇ ਜਿਹੜਾ ਅਸੀਂ ਸਰਹੱਦਾਂ ਤੋਂ ਆਏ ਆ, ਹਾਂ ਜਿਹੜਾ ਵਾਅਦਾ ਕੀਤਾ MSP ਵਾਲਾ ਉਹ ਪੂਰਾ ਨਹੀਂ ਹੋਇਆ, ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਹਾਂ ਕਿ ਜੋ ਵਾਅਦੇ ਕੀਤੇ ਆ ਉਹ ਕਿਸਾਨਾਂ ਨਾਲ ਪੂਰੇ ਕੀਤੇ ਜਾਣ। ਬਾਬਾ ਜੀ, ਬਾਬੇ ਜਿਸ ਤਰ੍ਹਾਂ ਦੇ ਇਲਜ਼ਾਮ ਲਾਇਆ ਹਰਿਆਣਾ ਕਮੇਟੀ ਨੇ ਕਿ ਵੀ ਤੁਸੀਂ ਘੁਟਾਲੇ ਕੀਤੇ ਨੇ ਉੱਥੇ, ਇਹ ਤਾਂ ਸਾਰਾ ਕੁਝ ਸਾਹਮਣੇ ਆ ਗਿਆ ਵਾ, ਮੇਰੇ ਸਾਹਮਣੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਜਿਹੜਾ ਆਡਿਟ ਵੀ ਹੋ ਗਿਆ। ਉਸ ਵੇਲੇ ਦੇ ਜਨਰਲ ਸਕੱਤਰ ਨੇ ਆਪਣੀ ਸਟੇਟਮੈਂਟ ਜਾਰੀ ਕਰ ਦਿੱਤੀ ਆ, ਜਿਹੜਾ ਉਸ ਵੇਲੇ ਦਾ ਸਕੱਤਰ ਸੀਗਾ ਉਹਨੇ ਵੀ ਜਾਰੀ ਕਰ ਦਿੱਤੀ ਹੈ। ਸਿਰਫ ਜਾਣ ਬੁੱਝ ਕੇ ਜਿਹੜਾ ਇਲਜ਼ਾਮ ਤਰਾਸੀ ਕੀਤੀ ਗਈ, ਉਹਨਾਂ ਨੂੰ ਸਾਡਾ ਕਾਨੂੰਨੀ ਨੋਟਿਸ ਜਿਹੜਾ ਉਹ ਚਲਿਆ ਗਿਆ, ਜਿਨ੍ਹਾਂ ਨੇ ਗਲਤ ਬਿਆਨਬਾਜ਼ੀ ਕੀਤੀ ਆ। ਬਲਜੀਤ ਸਿੰਘ ਦਾਦੂਵਾਲ ਵਾਹਿਦ ਇੱਕ ਐਸਾ ਆਦਮੀ ਹੈ ਜਿਹਨੇ ਬਤੌਰ 2-2.5 ਸਾਲ ਹਰਿਆਣਾ ਕਮੇਟੀ ਦਾ ਪ੍ਰਧਾਨ ਰਹਿੰਦਿਆਂ ਇੱਕ ਦਿਨ ਵੀ ਹਰਿਆਣਾ ਕਮੇਟੀ ਦੀ ਨਾ ਗੱਡੀ ਵਰਤੀ, ਨਾ 10 ਰੁਪਏ ਦਾ ਤੇਲ ਰਿਹਾ, ਅਤੇ ਨਾ ਦਾਦੂਵਾਲ ਦੇ ਨਾਂ 'ਤੇ 10 ਰੁਪਈਏ ਹਰਿਆਣਾ ਕਮੇਟੀ ਦੇ ਰਿਕਾਰਡ 'ਚ ਤੁਹਾਨੂੰ ਪਹਿਲਾਂ ਮਿਲ ਸਕ। ਹੁਣ ਵੀ ਮੈਨੂੰ ਜਰਨਲ ਹਾਊਸ ਦੇ ਵਿੱਚ ਐਗਜੈਕਟਿਵ ਮੈਂਬਰ ਪਾਇਆ ਗਿਆ, ਧਰਮ ਪ੍ਰਚਾਰ ਦਾ ਚੇਅਰਮੈਨ ਲਾਇਆ ਗਿਆ, ਬਤੌਰ ਗੱਡੀ ਧਰਮ ਪ੍ਰਚਾਰ ਚੇਅਰਮੈਨ ਨੂੰ ਅਤੇ ਬਤੌਰ ਤੇਲ, ਪਰ ਮੈਂ ਮਨ੍ਹਾ ਕਰ ਦਿੱਤਾ ਕਿ ਨਾ ਮੈਂ ਗੱਡੀ ਵਰਤਾਂਗਾ ਨਾ ਤੇਲ ਵਰਤਾਂਗਾ, ਹਰਿਆਣਾ ਕਮੇਟੀ ਦਾ ਨਾਮ ਮੈਂ ਪਹਿਲਾਂ ਵਰਤਿਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬੜਾ ਪਿਆਰ ਅਤੇ ਸਤਿਕਾਰ ਹੈ, ਜੋ ਸਾਡੇ ਪਹਿਲਾਂ ਸੋਰਸ ਸੀ, ਸੰਗਤਾਂ ਨੇ ਕਿਸੇ ਗੱਲ ਦੀ ਪੰਥ ਨੇ ਕਮੀ ਨਹੀਂ ਛੱਡੀ, ਸਾਡੇ ਮਿਲਣ ਵਾਲੇ ਸੱਜਣ ਮਿੱਤਰ ਪਿਆਰੇ ਸਾਡਾ ਸਹਿਯੋਗ ਕਰਦੇ, ਅਤੇ ਅਸੀਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਇਕੱਲੇ ਹਰਿਆਣਾ ਨਹੀਂ ਪੂਰੇ ਦੇਸ਼ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਕਰ ਰਹੇ ਹਾਂ। ਜਿਹੜੇ ਇਲਜ਼ਾਮਬਾਜ਼ੀਆਂ ਕਰ ਰਹੇ ਸੀ ਉਹ ਨਿਕਲੇ ਹੈ, ਜੋ ਮੇਰੀ ਸ਼ਖਸੀਅਤ ਕੋ ਵਿਗਾੜਨੇ ਕਿਰਦਾਰ ਹੁਣ ਕੇ ਖੁਦ ਮੁਰੰਮਤ ਮੰਗ ਰਹੇ। ਜਦੋਂ ਅਸੀਂ ਉਹਨਾਂ ਦੇ ਘਪਲਿਆਂ ਨੂੰ ਉਜਾਗਰ ਕੀਤਾ ਤੇ ਉਹਨਾਂ ਨੇ ਬੇਤੁਕੀ ਇਲਜ਼ਾਮਬਾਜ਼ੀ ਪਹਿਲਾਂ ਮਹੰਤ ਨੇ ਕੀਤੀ ਸੀ, ਅਗਲੇ ਦਿਨ ਵਾਪਸ ਲੈ ਗਿਆ, ਹੁਣ ਸਾਬਕਾ ਜਨਰਲ ਸਕੱਤਰ ਨੇ ਕੀਤੀ ਜਿਹੜਾ ਹਾਈਕੋਰਟ 'ਚੋਂ ਸਟੇਅ ਲਈ ਬੈਠਾ, ਤੇ ਉਹਨੂੰ ਜਨਰਲ ਸਕੱਤਰ ਜਿਹੜਾ ਹਾਈਕੋਰਟ ਦੇ ਹੁਕਮ ਤੇ, ਪਰ ਉਹ ਕੰਮ ਨਹੀਂ ਕਰ ਰਿਹਾ, ਉਹਨੇ ਇਲਜ਼ਾਮਬਾਜ਼ੀ ਕੀਤੀ, ਅਗਲੇ ਦਿਨ ਉਹ ਵੀ ਮੁੱਕਰ ਗਿਆ। ਇਹ ਸਿਰਫ ਇਲਜ਼ਾਮ ਤਰਾਸ਼ੀ ਆ। ਬਲਜੀਤ ਸਿੰਘ ਦਾਦੂਵਾਲ ਕਿਸੇ ਵੀ ਚੈਨਲ ਤੇ ਬੈਠ ਕੇ ਉਹਨਾਂ ਨੂੰ ਖੁੱਲ੍ਹਾ ਚੈਲੰਜ ਕਰਦਾ। ਮੈਂ ਤਾਂ ਸੁਖਬੀਰ ਸਿੰਘ ਬਾਦਲ ਨੂੰ, ਇਹਨਾਂ ਦੀ ਤਾਂ ਗੱਲ ਛੱਡੋ, ਜਿਹੜੇ ਹਰਿਆਣਾ ਕਮੇਟੀ ਦੇ ਵਿੱਚ ਇਹ ਜਿਹੜੇ ਬੰਦੇ ਇਲਜ਼ਾਮਬਾਜ਼ੀ ਕਰ ਰਹੇ, ਜਿਨ੍ਹਾਂ ਦਾ ਕੋਈ ਯੋਗਦਾਨ ਹੀ ਨਹੀਂ ਹਰਿਆਣਾ ਕਮੇਟੀ ਬਣਾਉਣ ਲਈ, ਜਾਂ ਸਿੱਖ ਪੰਥ ਜਾਂ ਸਿੱਖ ਸੰਗਤ ਵਾਸਤੇ ਸਿੱਖੀ ਲਈ ਕੋਈ ਯੋਗਦਾਨ ਨਹੀਂ, ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਨਹੀਂ ਪਤਾ, ਗੁਰਬਾਣੀ ਦਾ ਨਹੀਂ ਪਤਾ, ਉਹਨਾਂ ਦੀ ਤਾਂ ਗੱਲ ਛੱਡੋ। ਮੈਂ ਇਹਨਾਂ ਨੂੰ ਕਹਿੰਦਾ ਵਾਂ, ਜਿਹੜੇ ਅਕਾਲੀ ਦਲ ਦੇ ਜਿਹੜਾ ਸੁਖਬੀਰ ਸਿੰਘ ਬਾਦਲ ਕਿਸੇ ਵੀ ਚੈਨਲ ਦੇ ਉੱਤੇ ਲਾਈਵ ਆ ਕੇ ਗੱਲਬਾਤ ਕਰ ਲਏ, ਜਿਹੜਾ ਰੋਜ਼ ਮੇਰਾ ਨਾਂ ਹਰੇਕ ਰੈਲੀ 'ਚ ਲੈਂਦਾ ਕਿ ਦਾਦੂਵਾਲ ਨੇ ਆਹ ਕਰਤਾ, ਦਾਦੂਵਾਲ ਨੇ ਉਹ ਕਰਤਾ, ਮੈਂ ਕਹਿਣਾ ਚਾਹੁੰਦਾ ਕਿ ਉਹ ਜਿਸ ਮਰਜ਼ੀ TV ਚੈਨਲ 'ਤੇ ਖੁਦ ਆਵੇ, ਆਪਣੇ ਕਰਿੰਦਿਆਂ ਨੂੰ ਨਾ ਭੇਜੇ, ਖੁਦ ਆ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇ, ਮੈਂ ਉਹਦੇ ਨਾਲ ਡਿਬੇਟ ਵਾਸਤੇ ਤਿਆਰ ਹਾਂ। ਇਹੋ ਜਿਹੀਆਂ ਇਲਜ਼ਾਮਬਾਜ਼ੀਆਂ ਜਿਹੜੇ ਲੋਕ ਕਰਦੇ ਆ ਉਹਨਾਂ ਦਾ ਜਵਾਬ ਪਹਿਲਾਂ ਵੀ ਦਿੱਤਾ, ਔਰ ਉਹਨਾਂ ਨੇ ਖੁਦ ਦਫ਼ਤਰ ਨੇ ਦੇ ਦਿੱਤਾ, ਦਫ਼ਤਰ 'ਚ ਸਾਰਾ ਰਿਕਾਰਡ ਪਿਆ ਵਾ, ਦਫ਼ਤਰ ਦੇ ਵਿੱਚ ਜਾ ਕੇ ਉਹ ਰਿਕਾਰਡ ਜਿਹੜਾ ਚੈੱਕ ਕੀਤਾ ਜਾ ਸਕਦਾ। ਇਹ ਸਿਰਫ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ, ਪਰ ਸੰਗਤਾਂ ਹਰਿਆਣੇ ਦੀਆਂ ਮੇਰੇ ਨਾਲ ਆ, ਉਹ ਇਹਨਾਂ ਗੱਲਾਂ ਤੋਂ ਗੁੰਮਰਾਹ ਨਹੀਂ ਹੁੰਦੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਮੇਰੇ ਨਾਲ ਆ। ਜਿਹੜੇ ਕੋਈ ਛੋਟੇ ਛੋਟੇ ਕਲਿੱਪ ਕੱਟ ਕੇ ਪਾਏ ਜਾਂਦੇ ਆ ਸਿਰਫ ਇਲਜ਼ਾਮ ਤਰਾਸ਼ੀ ਕਰਨ ਵਾਸਤੇ, ਮੈਂ ਸੰਗਤਾਂ ਨੂੰ ਸੁਚੇਤ ਕਰਦਿਆਂ ਬੇਨਤੀ ਕਰਦਾ, ਸੰਗਤਾਂ ਨੂੰ ਵੈਸੇ ਪਹਿਲਾਂ ਹੀ ਪਤਾ ਆ
ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ। ਜੋ ਅਸੀਂ ਕਹਿੰਦੇ ਹਾਂ ਨੰਗਾ ਚਿੱਟਾ ਕਹਿੰਦੇ ਹਾਂ, ਸਾਡਾ ਬਠਿੰਡਾ ਸੀਟ ਦੇ ਉੱਤੇ ਕੋਈ ਕੈਂਡੀਡੇਟ ਨਹੀਂ ਹੈ ਪੰਥ ਦਾ, ਅਸੀਂ ਦੇ ਨਹੀਂ ਸਕੇ। ਇਸ ਵਾਸਤੇ ਅਸੀਂ ਬੇਨਤੀ ਕਰਦੇ ਕਿ ਜਿਹਨੂੰ ਵੀ ਜਿਤਾ ਸਕਦੇ ਹੋ ਜਿਤਾਓ। ਜਿਹੜੇ ਦੋ ਕੈਂਡੀਡੇਟ ਸਾਡੇ ਫਰੀਦਕੋਟ ਅਤੇ ਖਡੂਰ ਸਾਹਿਬ ਪੰਥਕ ਕੈਂਡੀਡੇਟ ਪੰਥ ਦੀਆਂ ਸੰਸਥਾਵਾਂ ਵੱਲੋਂ 71 ਦਾਣਾ ਦਿੱਤੇ ਆ, ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਜਿਹਨਾਂ ਸਿੱਖਾਂ ਲਈ ਕੁਰਬਾਨੀ ਕੀਤੀ ਆ ਆਹ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਪੰਥ ਤੇ ਕੌਮ ਦੀ ਗੱਲ ਕਰ ਰਹੇ। ਸਿਮਰਜੀਤ ਸਿੰਘ ਮਾਨ ਨੇ ਲੱਖਾਂ ਦਾ ਅਰਦਾਸ ਕੀਤੀ ਹੈ ਬਾਬਾ ਜੀ ਦਾ ਰੈਲੀ 'ਚ ਕਹਿ ਰਿਹਾ ਤੁਹਾਡੇ ਕਰਕੇ ਵੀ ਦੱਦੋਵਾਲ ਜੀ ਆਪਣੇ ਆਪ ਨੂੰ ਸਿੱਖ ਮੰਨਦੇ ਹੈਗੇ ਆ, ਸਾਡੇ ਸਭ ਸਿੱਖ ਮੰਨਦੇ ਏਜੰਸੀ ਦੇ ਬੰਦੇ ਹੈਗੇ ਆ, ਇਹ ਸਿੱਖ ਨਹੀਂ ਹੈਗੇ, ਸਿੱਖ ਨੂੰ ਬਦਨਾਮ ਕਰ ਰਹੇ। ਦੇਖੋ ਸੁਖਬੀਰ ਸਿੰਘ ਬਾਦਲ ਏਜੰਸੀਆਂ ਲਈ ਕੰਮ ਕਰਦਾ ਰਿਹਾ, ਉਹਨੂੰ ਏਜੰਸੀਆਂ ਨੂੰ ਤਾਂ ਏਜੰਸੀਆਂ ਦਾ ਹੀ ਨਹੀਂ ਪਤਾ ਏਜੰਸੀਆਂ ਕਹਿੰਦੇ ਕਿਹਨੂੰ ਆ। ਏਜੰਸੀਆਂ ਦਾ ਸੁਖਬੀਰ ਸਿੰਘ ਬਾਦਲ ਨੂੰ ਪਤਾ ਕਿਉਂਕਿ ਉਹਨਾਂ ਲਈ ਕੰਮ ਕਰਦਾ ਰਿਹਾ ਤੇ ਹੁਣ ਵੀ ਕਰਦਾ ਜੋ ਕੁਛ ਹੈ। ਬਾਕੀ ਉਹਦੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਿਹਨੂੰ ਖੁਦ ਸਿੱਖੀ ਸਿਧਾਂਤਾਂ ਦਾ ਨਹੀਂ ਪਤਾ। ਮੈਂ ਤਾਂ ਹੀ ਕਿਹਾ ਸੁਖਬੀਰ ਸਿੰਘ ਬਾਦਲ ਕਿਸੇ ਚੈਨਲ ਤੇ ਆ ਕੇ ਸਿੱਖ ਸਿਧਾਂਤਾਂ ਮਰਿਆਦਾ ਤੇ ਵੀ ਡਿਬੇਟ ਕਰ ਲੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਸੁਖਬੀਰ ਸਿੰਘ ਬਾਦਲ ਕਿਸੇ ਵੀ ਵੇਲੇ ਮੈਂ ਉਹਨੂੰ ਖੁੱਲ੍ਹਾ ਚੈਲੰਜ ਕਰਦਾ ਕਿਸੇ ਵੀ ਚੈਨਲ ਤੇ ਆ ਕੇ ਬੈਠ ਕੇ ਗੱਲਬਾਤ ਜਿਹੜੀ ਉਹ ਕਰ ਲਵੇ। ਹਾਂਜੀ ਤੁਹਾਡਾ ਸਵਾਲ ਸੀ ਕੋਈ ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖੜਾ ਕੀਤਾ। ਦੇਖੋ ਲੱਖਾ ਸਿਧਾਣਾ ਕੋਈ ਪੰਥਕ ਥੋੜ੍ਹੀ ਹੈ, ਤੁਸੀਂ ਉਹਨੂੰ ਜਿਹੜਾ ਸੁਖਬੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰਦੇ ਹੋ ਕੋਈ ਪੰਥਕ ਥੋੜ੍ਹੀ। ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ, ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ। ਹੋਰ ਵੀ ਕੋਈ ਕੈਂਡੀਡੇਟ ਆ ਕਿਸੇ ਦਾ, ਉਹ ਵੀ ਵਾਪਸ ਲੈਣਾ ਚਾਹੀਦਾ। ਔਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੈਂ ਤਾਂ ਕਹਿੰਦਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੂਵਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ। ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ। ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ। ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲੱਖਾ ਸਿਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਹੈ। ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ 'ਤੇ ਕੋਈ ਨਹੀਂ, ਐਵੇਂ ਸੰਗਤਾਂ ਗੁੰਮਰਾਹ ਨਾ ਹੋਣ। ਕਿਸੇ ਨੇ ਵੈਸੇ ਲੱਖੇ ਸਿਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਲੱਖਾ ਸਿਧਾਣਾ ਦਾ। ਉਹ ਆਪਣੇ ਠੀਕ ਹੈ, ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ। ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ, ਪਰ ਪੰਥਕ ਉਮੀਦਵਾਰ ਜਿਹੜਾ ਜਿਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ, ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ। ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ। ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫਿਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾਂ, ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾਂ 'ਚ ਉਹਨੂੰ ਪ੍ਰਵਾਨ ਕਰ ਲਿਓ। ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਇਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇੱਥੋਂ ਜਿਹੜਾ ਮਲੀਆ ਮੇਡ ਕਰ ਦਿਓ ਇਹਨਾਂ ਦਾ, ਸਹੁੰਝਾ ਫੇਰ ਦਿਓ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੀ ਪੰਥ ਅਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ।